ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਰੇਸ ਅਕੈਡਮੀ ਦੇ ਓਫੀਸ਼ੀਅਲ ਪਲੈਟਫਾਰਮ 'ਤੇ। ਜਿਵੇਂ ਕਿ ਤੁਸੀਂ ਵੈਸੇ ਤਾਂ ਵੀਡੀਓ ਦਾ ਟਾਈਟਲ ਦੇਖ ਹੀ ਲਿਆ ਹੋਣਾ ਹੈਗਾ ਕਿ ਆਪਾਂ ਸਾਇੰਸ ਦੇ ਟੋਪਿਕ ਸ਼ੁਰੂ ਕਰਨ ਜਾ ਰਹੇ ਹਾਂ। ਤੁਸੀਂ ਦੇਖਿਆ ਹੀ ਹੋਣਾ ਕਿ ਪਹਿਲਾਂ ਜਿਵੇਂ ਤੁਹਾਡੇ ਪੋਲਿਟੀ ਦੇ ਟੋਪਿਕ ਵਾਈਜ਼ MCQs ਦੇ ਰਾਹੀਂ ਸਾਰੇ ਟੋਪਿਕਸ ਕਵਰ ਕਰਵਾਏ ਜਾ ਰਹੇ ਨੇ, ਤਾਂ ਸੇਮ ਆਪਾਂ ਜੋ ਹੈ ਸੀਰੀਜ਼ ਸਾਇੰਸ ਦੇ ਲਈ ਸਟਾਰਟ ਕੀਤੀ ਹੈ। ਸਾਇੰਸ ਦੇ ਤਿੰਨੋਂ ਸਬਜੈਕਟ ਜਿਹੜੇ ਆਪਣੇ ਆ ਜਾਂਦੇ ਨੇ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓ, ਤਿੰਨੋਂ ਕੋਸ਼ਿਸ਼ ਕਰਾਂਗੇ ਕਿ ਤੁਹਾਡਾ ਹਰ ਕੰਸੈਪਟ, ਹਰ ਜੋ ਟੋਪਿਕ ਹੈ MCQs ਦੇ ਰਾਹੀਂ ਤੁਹਾਡਾ ਸੋਲਵ ਹੋ ਸਕੇ। ਕਿਉਂਕਿ ਇਹਦੇ ਨਾਲ ਕੀ ਹੈ, ਨਾਲ ਦੀ ਨਾਲ ਤੁਹਾਨੂੰ MCQs ਦੀ ਪ੍ਰੈਕਟਿਸ ਹੁੰਦੀ ਜਾਊਗੀ, ਕਿਵੇਂ ਦੇ ਕੁਐਸਚਨਸ ਪੁੱਛੇ ਜਾਂਦੇ ਹੈ, ਅਤੇ ਨਾਲ ਦੀ ਨਾਲ ਆਪਾਂ ਕੀ ਹੈ ਕੁਝ ਟੋਪਿਕਸ ਵੀ ਕਵਰ ਕਰਦੇ ਜਾਵਾਂਗੇ, ਤਾਂ ਇਹਦੇ ਨਾਲ ਸਿਲੇਬਸ ਪਲੱਸ ਤੁਹਾਡਾ MCQ ਜੋ ਹੈ ਕਵਰ ਹੁੰਦਾ ਰਹੇਗਾ। ਠੀਕ ਹੈ ਜੀ, ਤਾਂ ਅੱਜ ਹੈ ਆਪਣੀ ਪਹਿਲੀ ਕਲਾਸ ਜਿਹਦੇ ਵਿੱਚ ਆਪਾਂ ਮੇਨਲੀ ਬਾਇਓ ਤੋਂ ਸ਼ੁਰੂ ਕਰਨ ਲੱਗੇ ਹੈਗੇ, ਅਤੇ ਬਾਇਓ ਦੇ ਵਿੱਚ ਵੀ ਜੋ ਆਪਣਾ ਮੇਨ ਬੇਸਿਕ ਟੋਪਿਕ ਆ ਜਾਂਦਾ ਹੈ ਸੈੱਲ ਦਾ, ਤਾਂ ਸੈੱਲ ਤੋਂ ਆਪਾਂ ਸ਼ੁਰੂਆਤ ਕਰਾਂਗੇ। ਆਪਾਂ ਕੁਝ MCQs ਦੇਖਦੇ ਹਾਂ, ਪਹਿਲਾਂ ਥੋੜ੍ਹਾ ਜਿਹਾ ਸਿੰਪਲ ਤੋਂ ਸ਼ੁਰੂਆਤ ਕਰ ਰਹੇ ਹੈਗੇ ਆਪਾਂ, ਕਿ ਥੋੜ੍ਹਾ ਜਿਹਾ ਤੁਸੀਂ ਯੂਜ਼ ਟੂ ਹੋ ਜਾਓਗੇ ਵੀ ਸਾਇੰਸ ਦੇ ਕਿਵੇਂ ਦੇ ਕੁਐਸਚਨਸ 'ਚ ਪੁੱਛੇ ਜਾਂਦੇ ਨੇ। ਮੰਨਿਆ ਕਿ ਬਹੁਤ ਜ਼ਿਆਦਾ ਘੱਟ ਵੇਟੇਜ ਆਉਂਦੀ ਹੈ ਸਾਇੰਸ ਦੀ, 5 ਜਾਂ 4 ਕੁਐਸਚਨਸ ਮਸਾਂ ਹੀ ਆਉਂਦੇ ਨੇ, ਪਰ ਫਿਰ ਵੀ ਆਪਾਂ ਇਹਨਾਂ ਨੂੰ ਇਗਨੋਰ ਨਹੀਂ ਕਰ ਸਕਦੇ ਹੈਗੇ, ਕਿਉਂਕਿ ਇਹੀ ਉਹ ਕੁਐਸਚਨਸ ਹੁੰਦੇ ਨੇ ਜਿਹੜੇ ਤੁਹਾਡੇ ਜੋ ਹੈ ਮੈਰਿਟ ਬਣਾ ਸਕਦੇ ਨੇ ਪੇਪਰਾਂ ਦੇ ਵਿੱਚ। ਤਾਂ ਜਿਹੜੇ ਟੋਪਿਕ ਆਪਾਂ ਇਗਨੋਰ ਕਰਕੇ ਜਾਂਦੇ ਹਾਂ ਵੀ ਇਹ ਤਾਂ ਥੋੜ੍ਹਾ ਜਿਹਾ ਪੋਰਸ਼ਨ ਹੀ ਆਉਣਾ ਹੈਗਾ, ਪਰ ਇਹੀ ਜੋ ਹੈਗੇ ਨੇ ਤੁਹਾਡੇ ਸਕੋਰਿੰਗ ਬਣ ਜਾਂਦੇ ਨੇ ਪੇਪਰ 'ਚ। ਠੀਕ ਹੈ ਜੀ, ਤਾਂ ਅੱਜ ਆਪਾਂ ਸ਼ੁਰੂ ਕਰਨ ਲੱਗੇ ਹੈਗੇ, ਤਾਂ ਦੇਖਦੇ ਹਾਂ ਪਹਿਲਾ ਕੁਐਸਚਨ ਆਪਾਂ। ਸੈੱਲ ਦੇ ਬਾਰੇ ਸ਼ੁਰੂ ਕਰਨ ਲੱਗੇ ਹੈਗੇ, ਤਾਂ ਸੈੱਲ ਦੇ ਬਾਰੇ ਜੋ ਹੈ ਪਹਿਲਾਂ ਆਪਾਂ ਕੁਝ ਬੇਸਿਕ ਜਿਹੀਆਂ ਚੀਜ਼ਾਂ ਦੇਖ ਲੈਂਦੇ ਹੈਗੇ, ਤਾਂ ਇਹਦੇ ਨਾਲ ਹੀ ਤੁਹਾਡਾ ਇਹਦੇ ਨਾਲ ਹੀ ਕਵਰ ਹੋ ਜੂਗਾ ਕੰਸੈਪਟ ਵੀ। ਤਾਂ ਪਹਿਲਾ ਕੁਐਸਚਨ ਦੇਖਦੇ, ਕੰਸੀਡਰ ਦਾ ਫੋਲੋਇੰਗ ਸਟੇਟਮੈਂਟਸ, ਕੁਝ ਸਟੇਟਮੈਂਟਸ ਦਿੱਤੀਆਂ ਹੋਈਆਂ ਨੇ, ਅਤੇ ਇਹਦੇ ਵਿੱਚੋਂ ਸਭ ਤੋਂ ਜ਼ਰੂਰੀ ਜੋ ਹੈ ਤੁਹਾਨੂੰ ਦੇਖਣਾ ਕਿ ਪੁੱਛਿਆ ਕੀ ਗਿਆ। ਪੁੱਛਿਆ ਇਹਦੇ 'ਚ ਗਿਆ ਹੈ ਕਿ ਇਨਕਰੈਕਟ ਆਪਸ਼ਨ ਹੈ, ਤਾਂ ਕਈ ਵਾਰ ਇਸੇ ਪੁਆਇੰਟ 'ਤੇ ਹੀ ਬੱਚੇ ਜੋ ਹੈ ਉਲਝ ਜਾਂਦੇ ਨੇ, ਜਲਦਬਾਜ਼ੀ 'ਚ ਕਰੈਕਟ ਇਨਕਰੈਕਟ 'ਚ ਆਪਾਂ ਆਪਸ਼ਨ ਗਲਤ ਲਾ ਦਾਂਗੇ। ਠੀਕ ਹੈ, ਹੁਣ ਆਪਸ਼ਨਸ ਪੜ੍ਹਦੇ ਹੈਗੇ ਕੀ ਹੈ। ਐਂਟੋਨ ਵੌਨ ਲੇਵਨਹੁਕ ਫਸਟ ਸੌ ਐਂਡ ਡਿਸਕਵਰਡ ਅ ਲਾਈਵ ਸੈੱਲ, ਤਾਂ ਤੁਸੀਂ ਸਾਰਿਆਂ ਨੇ ਸੁਣਿਆ ਹੋਊਗਾ ਕਿ ਪਹਿਲਾ ਬੰਦਾ ਜਿਹਨੇ ਸੈੱਲ ਨੂੰ ਡਿਸਕਵਰ ਕੀਤਾ ਸੀਗਾ ਉਹ ਕੌਣ ਸੀ ਜੀ? ਰੋਬੋਟ ਹੁੱਕ ਸੀ। ਠੀਕ ਹੈ, ਰੋਬੋਟ ਹੁੱਕ ਨਾਮ ਦਾ ਇੱਕ ਸਾਇੰਟਿਸਟ ਸੀ ਜਿਹਨੇ ਕੀ ਕੀਤਾ ਸੀਗਾ, 1665 ਦੇ ਵਿੱਚ ਫਸਟ ਸੈੱਲ ਨੂੰ ਡਿਸਕਵਰ ਕੀਤਾ ਸੀਗਾ। ਪਹਿਲਾਂ ਤਾਂ ਇਹ ਹੋ ਗਿਆ ਫਸਟ ਸੈੱਲ ਨੂੰ ਡਿਸਕਵਰ ਕੀਤਾ ਸੀਗਾ, ਪਰ ਇਹਨਾਂ ਨੇ ਸੈੱਲ ਕਿਹੜਾ ਡਿਸਕਵਰ ਕੀਤਾ ਸੀਗਾ? ਇਹ ਜੋ ਸੈੱਲ ਸੀਗਾ ਇਹ ਸੀਗਾ ਕੌਕ ਸੈੱਲ। ਕੌਕ ਸੈੱਲ ਮਤਲਬ ਕਿ ਜਿਹੜੀ ਟ੍ਰੀ ਦੀ ਆਪਣੀ ਪੇੜਾਂ ਦੀ ਬਾਰਕ ਹੁੰਦੀ ਹੈ, ਸਟੈਮ ਦਾ ਉੱਪਰ ਜਿਹੜਾ ਡੈੱਡ ਸੈੱਲਸ ਹੁੰਦੇ ਨੇ ਜਿਹਨੂੰ ਆਪਾਂ ਬੇਸਿਕਲੀ ਕਹਿ ਦਿੰਦੇ ਹੈਗੇ, ਤਾਂ ਉਹ ਵਾਲਾ ਸੈੱਲ ਜਿਹੜਾ ਹੈਗਾ ਇਹਨਾਂ ਨੇ ਸਭ ਤੋਂ ਪਹਿਲੀ ਵਾਰ ਜੋ ਹੈ ਆਪਦੇ ਸਿੰਪਲ ਜਿਹੇ ਇੱਕ ਮਾਈਕਰੋਸਕੋਪ ਦੇ ਵਿੱਚ ਦੇਖਿਆ ਸੀਗਾ, ਅਤੇ ਦੱਸਿਆ ਸੀ ਕਿ ਸੈੱਲ ਕੀ ਹੁੰਦਾ ਹੈ। ਸੈੱਲ ਇੱਕ ਤਾਂ ਸ਼ਬਦ ਦਿੱਤਾ, ਅਤੇ ਸੈੱਲ ਨੂੰ ਹੋਰ ਸਿੰਪਲ ਸ਼ਬਦਾਂ ਦੇ ਵਿੱਚ ਕੀ ਕਿਹਾ ਸੀਗਾ? ਕੰਪਾਰਟਮੈਂਟ ਦਾ ਨਾਮ ਦਿੱਤਾ ਸੀਗਾ, ਅਤੇ ਕੰਪਾਰਟਮੈਂਟਸ ਨੇ ਇਸ ਤਰੀਕੇ ਨਾਲ ਬਣੇ ਹੋਏ ਨੇ, ਅਤੇ ਕੰਪਾਰਟਮੈਂਟਸ ਆਪਸ 'ਚ ਜੁੜੇ ਹੋਏ ਨੇ, ਵਿੱਚ ਉਹਨਾਂ ਦੇ ਇੱਕ ਡੋਟ ਜਿਹਾ ਆਪਾਂ ਨੂੰ ਦਿਖ ਰਿਹਾ ਹੈ। ਤਾਂ ਸਿੰਪਲ ਜੀ ਡੈਫੀਨੇਸ਼ਨ ਦਿੱਤੀ, ਸੈੱਲ ਹੁੰਦਾ ਹੈਗਾ ਡੈੱਡ ਸੈੱਲ, ਇਹਨਾਂ ਨੇ ਡਿਸਕਵਰ ਕੀਤਾ, ਅਤੇ ਬਸ ਕਿ ਕੰਪਾਰਟਮੈਂਟਸ ਕਹਿਤਾ ਵਿੱਚ ਇੱਕ ਇੱਕ ਡੋਟ ਹੈ। ਠੀਕ ਹੈ, ਫਿਰ ਲੇਟਰ ਔਨ ਕੀ ਕੀਤਾ, ਐਂਟੋਨ ਵੌਨ ਲੇਵਨਹੁਕ ਨਾਮ ਦੇ ਜਿਹੜੇ ਸਾਇੰਟਿਸਟ ਹੈ ਇਹਨਾਂ ਨੇ ਕੀ ਕੀਤਾ ਸੀ, ਸਭ ਤੋਂ ਪਹਿਲੀ ਵਾਰ ਲਾਈਵ ਸੈੱਲ ਜੋ ਹੈ ਡਿਸਕਵਰ ਕੀਤਾ ਸੀਗਾ। ਠੀਕ ਹੈ, ਤਾਂ ਇਹ ਡਿਫਰੈਂਸ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ, ਡੈੱਡ ਸੈੱਲ ਰੋਬੋਟ ਹੁੱਕ ਦੁਆਰਾ, ਅਤੇ ਲੇਵਨਹੁਕ ਦੁਆਰਾ ਕੀ ਕੀਤਾ ਸੀਗਾ? ਲਾਈਵ ਸੈੱਲ। ਤਾਂ ਪਹਿਲੀ ਸਟੇਟਮੈਂਟ ਆਪਣੀ ਬਿਲਕੁਲ ਸਹੀ ਹੈ, ਅਤੇ ਉੱਪਰੋਂ ਮਾਈਕਰੋਸਕੋਪ ਦਾ ਵੀ ਫਰਕ ਹੈ ਦੋਨਾਂ ਦਾ। ਜਿਹੜਾ ਰੋਬੋਟ ਹੁੱਕ ਸੀ ਇਹਨਾਂ ਨੇ ਕੀ ਕੀਤਾ ਸੀਗਾ ਕਿ ਜਿਹੜਾ ਮਾਈਕਰੋਸਕੋਪ ਸੀਗਾ ਆਪਦਾ ਹੀ ਬਣਾਇਆ ਹੋਇਆ ਇੱਕ ਬਹੁਤ ਹੀ ਸਿੰਪਲ ਮਾਈਕਰੋਸਕੋਪ ਸੀਗਾ, ਪਰ ਜਿਹੜੇ ਐਂਟੋਨ ਵੌਨ ਲੇਵਨਹੁਕ ਸੀਗੇ ਇਹਨਾਂ ਨੂੰ ਇਲੈਕਟ੍ਰੋਨ ਮਾਈਕਰੋਸਕੋਪ ਕਰਕੇ ਵੀ ਜਾਣਿਆ ਜਾਂਦਾ ਹੈਗਾ। ਤਾਂ ਇਲੈਕਟ੍ਰੋਨ ਮਾਈਕਰੋਸਕੋਪ ਦੇ ਵਿੱਚ ਇਹਨਾਂ ਨੇ ਜੋ ਹੈ ਇਸ ਸੈੱਲ ਨੂੰ ਦੇਖਿਆ ਸੀ। ਠੀਕ ਹੈ, ਦੂਸਰੀ ਸਟੇਟਮੈਂਟ ਦੇਖ ਲੈਂਦੇ ਹੈਗੇ। ਦੂਸਰੀ ਹੈ ਨਿਊਕਲੀਅਸ ਵਾਸ ਡਿਸਕਵਰਡ ਬਾਏ ਰੋਬੋਟ ਬ੍ਰਾਊਨ, ਇਹ ਵੀ ਬਿਲਕੁਲ ਸਹੀ ਹੈ। ਤਾਂ ਇਹ ਕੁਝ ਡਿਸਕਵਰੀਜ਼ ਹੈ, ਸਟੈਟਿਕ ਐਵੇਂ ਦਾ ਐਵੇਂ ਤੁਹਾਨੂੰ ਪੋਰਸ਼ਨ ਹੈ ਯਾਦ ਕਰਨਾ ਪੈਣਾ ਹੈਗਾ। ਤਾਂ ਰੋਬੋਟ ਹੁੱਕ ਨੇ ਸੈੱਲ ਕੀਤਾ ਸੀਗਾ, ਅਤੇ ਰੋਬੋਟ ਬ੍ਰਾਊਨ ਨੇ ਕੀ ਕੀਤਾ ਸੀਗਾ? ਪਹਿਲੀ ਵਾਰ ਜੋ ਹੈ ਨਿਊਕਲੀਅਸ ਨੂੰ ਡਿਸਕਵਰ ਕੀਤਾ ਸੀਗਾ। ਨਿਊਕਲੀਅਸ ਬਾਰੇ ਥੋੜ੍ਹਾ ਦੇਖ ਲੈਂਦੇ ਆਪਾਂ ਕੀ ਹੁੰਦਾ ਹੈਗਾ। ਸਪੋਜ਼ ਜੇ ਮੈਂ ਇੱਥੇ ਇਸ ਤਰੀਕੇ ਨਾਲ ਸੈੱਲ ਬਣਾਵਾਂ, ਤਾਂ ਸੈੱਲ ਦੇ ਵਿੱਚ ਜਿਹੜਾ ਜਿਹੜੇ ਇਹਨਾਂ ਨੇ ਰੋਬੋਟ ਹੁੱਕ ਨੇ ਕਿਹਾ ਸੀਗਾ ਕਿ ਇੱਕ ਇੱਕ ਡੋਟ ਆਪਾਂ ਨੂੰ ਹਰ ਸੈੱਲ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈਗਾ, ਉਹ ਐਕਚੁਅਲ ਦੇ ਵਿੱਚ ਜਿਹੜਾ ਡੋਟ ਹੁੰਦਾ ਹੈਗਾ ਉਹ ਸੈਂਟਰ 'ਚ ਪਿਆ ਹੋਇਆ ਕੀ ਹੁੰਦਾ ਸੈੱਲ ਦਾ? ਨਿਊਕਲੀਅਸ ਹੁੰਦਾ ਹੈਗਾ। ਅਤੇ ਨਿਊਕਲੀਅਸ ਦੇ ਵਿੱਚ ਮੇਨਲੀ ਆਪਣਾ ਕੀ ਪਿਆ ਹੁੰਦਾ? ਹਰ ਸੈੱਲ ਦਾ ਆਪਦਾ ਇੱਕ ਨਿਊਕਲੀਅਸ ਹੁੰਦਾ ਹੈਗਾ, ਅਤੇ ਨਿਊਕਲੀਅਸ 'ਚ ਕੀ ਹੁੰਦਾ ਹੈ? ਮੇਨਲੀ ਆਪਣਾ ਜੈਨੇਟਿਕ ਮਟੀਰੀਅਲ। ਠੀਕ ਹੈ, ਜੈਨੇਟਿਕ ਮਟੀਰੀਅਲ ਹੁੰਦਾ ਹੈ ਸੈੱਲ ਦਾ, ਅਤੇ ਜੈਨੇਟਿਕ ਮਟੀਰੀਅਲ ਦੋ ਤਰੀਕੇ ਦਾ ਹੋ ਸਕਦਾ ਹੈ, DNA ਅਤੇ RNA। ਜੈਨੇਟਿਕ ਮਟੀਰੀਅਲ ਤੋਂ ਕੀ ਮਤਲਬ ਹੈ ਕਿ ਜਿੰਨੀ ਵੀ ਆਪਣੀ ਬੋਡੀ ਦੀ ਇਨਫੋਰਮੇਸ਼ਨ ਹੈ, ਜਿੰਨੀਆਂ ਵੀ ਆਦਤਾਂ ਜਾਂ ਫਿਰ ਜੇ ਆਪਾਂ ਕਹਿ ਦਿੰਦੇ ਹਾਂ ਕਿ ਇੱਕ ਜਨਰੇਸ਼ਨ ਤੋਂ ਦੂਸਰੀ ਜਨਰੇਸ਼ਨ 'ਚ ਪਾਸ ਹੁੰਦੀਆਂ ਨੇ, ਜਿੰਨਾ ਵੀ ਇੱਕ ਇੱਕ ਸੈੱਲ ਦੀ ਆਪਣੀ ਇਨਫੋਰਮੇਸ਼ਨ ਸਾਰੀ ਬੋਡੀ ਦੀ, ਉਹ ਕੌਣ ਕੰਟਰੋਲ ਕਰ ਰਿਹਾ? ਆਪਣਾ ਨਿਊਕਲੀਅਸ। ਅਤੇ ਨਿਊਕਲੀਅਸ ਦੇ ਵਿੱਚ ਵੀ ਕੌਣ ਹੈ? DNA ਅਤੇ RNA। ਅਤੇ DNA ਅਤੇ RNA ਦੀ ਫੁੱਲ ਫੋਰਮ ਵੀ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। DNA ਨੂੰ ਆਪਾਂ ਕੀ ਕਹਿੰਦੇ ਹਾਂ? ਡੀਓਕਸੀ ਰਾਈਬੋਜ਼
ਰਾਈਬੋਸ ਨਿਊਕਲੀਕ ਐਸਿਡ ਤੇ ਆਰ ਐਨ ਏ ਕੀ ਹੁੰਦਾ ਹੈਗਾ ਰਾਈਬੋਸ ਨਿਊਕਲੀਕ ਐਸਿਡ ਠੀਕ ਹੈ ਤਾਂ ਇਹ ਕੀਤਾ ਸੀਗਾ ਰੋਬੋਟ ਬ੍ਰਾਊਨ ਨੇ ਡਿਸਕਵਰ ਤਾਂ ਆਂਸਰ ਆਪਣਾ ਬਣ ਜਾਂਦਾ ਇਨਕਰੈਕਟ ਪੁੱਛਿਆ ਸੀ ਦੋਨੋਂ ਬਿਲਕੁਲ ਸਹੀ ਹੈ ਤਾਂ ਆਂਸਰ ਹੈ ਆਪਣਾ ਡੀ ਨਨ ਆਫ ਦੀਸ ਕਲੀਅਰ ਅਗਲੇ ਕੁਐਸਚਨ ਤੇ ਚੱਲਦੇ ਹਾਂ ਨੈਕਸਟ ਕੁਐਸਚਨ ਹੈ ਰਾਈਬੋਸੋਮਸ ਆਰ ਐਸੋਸੀਏਟਡ ਵਿਦ ਵਿਚ ਆਫ ਦ ਫੋਲੋਇੰਗ ਔਰਗਨਲੀਜ਼ ਤਾਂ ਪਹਿਲਾਂ ਇਹ ਕੁਐਸਚਨ ਸੋਲਵ ਕਰਨ ਤੋਂ ਪਹਿਲਾਂ ਆਪਾਂ ਦੇਖ ਲੈਂਦੇ ਹੈਗੇ ਵੀ ਰਾਈਬੋਸੋਮਸ ਕੀ ਹੁੰਦਾ ਹੈ ਤਾਂ ਰਾਈਬੋਸੋਮਸ ਕੀ ਹੈ ਅਗੇਨ ਜੇ ਮੈਂ ਇੱਥੇ ਸੈੱਲ ਡਰਾ ਕਰਾਂ ਤਾਂ ਸੈੱਲ ਆ ਹੋ ਗਿਆ ਆਪਣਾ ਵਿੱਚ ਕੀ ਆ ਜਾਂਦਾ ਸੈਂਟਰ 'ਤੇ ਹੁਣੀ ਗੱਲ ਕੀਤੀ ਆਪਾਂ ਨਿਊਕਲੀਅਸ ਆ ਜਾਂਦਾ ਨਿਊਕਲੀਅਸ 'ਚ ਕੀ ਆਉਂਦਾ ਆਪਣਾ ਜੈਨੇਟਿਕ ਮਟੀਰੀਅਲ ਆਉਂਦਾ ਹੈਗਾ ਪਰ ਇਹ ਨਿਊਕਲੀਅਸ ਤੋਂ ਇਲਾਵਾ ਵੀ ਇੱਥੇ ਬਹੁਤ ਕੁਛ ਹੁੰਦਾ ਬਹੁਤ ਸਾਰੇ ਪਾਰਟਸ ਹੁੰਦੇ ਨੇ ਠੀਕ ਹੈ ਐਵੇਂ ਦੇ ਆਪਾਂ ਪੜ੍ਹਦੇ ਹਾਂ ਇੱਕ ਇੱਕ ਕਰਕੇ ਕੀ ਹੁੰਦੇ ਨੇ ਤਾਂ ਬਹੁਤ ਸਾਰੇ ਜਿਹੜੇ ਆ ਪਾਰਟਸ ਨੇ ਜਿੰਨੇ ਵੀ ਸੈੱਲ ਦੇ ਬਣਦੇ ਆ ਇਹਨਾਂ ਸਾਰਿਆਂ ਨੂੰ ਆਪਾਂ ਕੀ ਕਹਿੰਦੇ ਹੈਗੇ ਸੈੱਲ ਔਰਗਨਲੀਜ਼ ਦਾ ਨਾਮ ਦਿੰਦੇ ਹੈਗੇ ਠੀਕ ਹੈ ਤਾਂ ਇਹਨਾਂ ਸੈੱਲ ਦੇ ਔਰਗਨਲੀਜ਼ ਦੇ ਵਿੱਚੋਂ ਪਾਰਟਸ ਦੇ ਵਿੱਚੋਂ ਇੱਕ ਆਪਣੇ ਕੋਲ ਆਉਂਦਾ ਹੈ ਰਾਈਬੋਸੋਮ ਤਾਂ ਰਾਈਬੋਸੋਮ ਕੀ ਹੁੰਦਾ ਹੈਗਾ ਇਸ ਤਰੀਕੇ ਦੇ ਡੋਟਸ 'ਚ ਬਣੇ ਹੁੰਦੇ ਹੈਗੇ ਸੈੱਲ ਦੇ ਵਿੱਚ ਤਾਂ ਇਹਨਾਂ ਨੂੰ ਆਪਾਂ ਕੀ ਕਹਿ ਦਿੰਦੇ ਹੈਗੇ ਰਾਈਬੋਸੋਮਸ ਕਹਿ ਦਿੰਦੇ ਹਾਂ ਰਾਈਬੋਸੋਮਸ ਦਾ ਜੋ ਮੇਨ ਕੰਮ ਹੁੰਦਾ ਹੈਗਾ ਉਹ ਕੀ ਹੁੰਦਾ ਹੈ ਪ੍ਰੋਟੀਨਸ ਨੂੰ ਬਣਾਉਣਾ ਪ੍ਰੋਟੀਨ ਬਣਾਉਣ ਦਾ ਜਿਹੜਾ ਆਪਣੇ ਸੈੱਲ 'ਚ ਕੰਮ ਕੌਣ ਕਰਦਾ ਹੈਗਾ ਰਾਈਬੋਸੋਮਸ ਕਰਦੇ ਆ ਠੀਕ ਹੈ ਅਤੇ ਹੁਣ ਇਹਨਾਂ ਨੇ ਕੀ ਪੁੱਛਿਆ ਹੈਗਾ ਕਿ ਰਾਈਬੋਸੋਮਸ ਕਿਹੜੇ ਪਾਰਟ ਦੇ ਨਾਲ ਲਿੰਕ ਹੈਗੇ ਨੇ ਠੀਕ ਹੈ ਐਸੋਸੀਏਟਡ ਵਿਦ ਵਿਚ ਆਫ ਦ ਫੋਲੋਇੰਗ ਔਰਗਨਲੀਜ਼ ਤਾਂ ਸਭ ਤੋਂ ਪਹਿਲਾਂ ਹੈਗਾ ਮਾਈਟੋਕੋਂਡਰੀਆ ਮਾਈਟੋਕੋਂਡਰੀਆ ਸਭ ਨੂੰ ਪਤਾ ਹੋਊਗਾ ਇਹਨੂੰ ਆਪਾਂ ਕਿਸ ਨਾਮ ਨਾਲ ਜਾਣਦੇ ਹੈਗੇ ਪਾਵਰ ਹਾਊਸ ਆਫ ਦ ਸੈੱਲ ਦੇ ਨਾਮ ਨਾਲ ਜਾਣਦੇ ਆ ਠੀਕ ਹੈ ਹੁਣ ਇਹਨੂੰ ਪਾਵਰ ਹਾਊਸ ਕਿਉਂ ਕਹਿੰਦੇ ਹੈਗੇ ਪਾਵਰ ਹਾਊਸ ਨਾਮ ਤੋਂ ਵੀ ਥੋੜ੍ਹਾ ਜਿਹਾ ਕਲੀਅਰ ਹੋ ਰਿਹਾ ਹੈਗਾ ਪਾਵਰ ਹਾਊਸ ਉਹ ਚੀਜ਼ ਹੁੰਦੀ ਜਿੱਥੇ ਪਾਵਰ ਬਣ ਰਹੀ ਜਿੱਥੇ ਐਨਰਜੀ ਬਣ ਰਹੀ ਹੈ ਤਾਂ ਮੇਨਲੀ ਜਿੰਨੀ ਵੀ ਆਪਣੀ ਐਨਰਜੀ ਪ੍ਰੋਡਕਸ਼ਨ ਹੁੰਦੀ ਹੈਗੀ ਉਹ ਕਿੱਥੇ ਹੁੰਦੀ ਹੈਗੀ ਮਾਈਟੋਕੋਂਡਰੀਆ 'ਚ ਹੁੰਦੀ ਹੈਗੀ ਅਤੇ ਮਾਈਟੋਕੋਂਡਰੀਆ ਦੇ ਵਿੱਚ ਵੀ ਜਿਹੜੀ ਐਨਰਜੀ ਊਰਜਾ ਬਣ ਰਹੀ ਹੈਗੀ ਉਹ ਕਿਹੜੀ ਫੋਰਮ 'ਚ ਹੁੰਦੀ ਹੈਗੀ ਏ ਟੀ ਪੀ ਦੀ ਫੋਰਮ 'ਚ ਹੁੰਦੀ ਹੈ ਏ ਟੀ ਪੀ ਨੂੰ ਆਪਾਂ ਕੀ ਕਹਿ ਦਿੰਦੇ ਹੈਗੇ ਕਰੰਸੀ ਆਫ ਐਨਰਜੀ ਐਨਰਜੀ ਦੀ ਜਿਹੜੀ ਕਰੰਸੀ ਆਪਣੀ ਬੋਡੀ 'ਚ ਉਹਨੂੰ ਕੀ ਕਹਿ ਦਿੰਦੇ ਹਾਂ ਆਪਾਂ ਏ ਟੀ ਪੀ ਕਹਿ ਦਿੰਦੇ ਹਾਂ ਅਤੇ ਏ ਟੀ ਪੀ ਦੀ ਫੁੱਲ ਫੋਰਮ ਕੀ ਹੁੰਦੀ ਹੈਗੀ ਐਡੀਨੋਸਾਈਨ ਟ੍ਰਾਈ ਫੋਸਫੇਟ ਠੀਕ ਹੈ ਤਾਂ ਇਹ ਹੈ ਆਪਣਾ ਏ ਟੀ ਪੀ ਤਾਂ ਇਹ ਕੀ ਹੈ ਮਾਈਟੋਕੋਂਡਰੀਆ ਹੈ ਮਾਈਟੋਕੋਂਡਰੀਆ ਦੇ ਵਿੱਚ ਮਾਈਟੋਕੋਂਡਰੀਆ ਦਿਖਦਾ ਕਿਵੇਂ ਦਾ ਹੈ ਐਵੇਂ ਦਾ ਸੈੱਲ ਦੇ ਵਿੱਚ ਹੁੰਦਾ ਹੈਗਾ ਤਾਂ ਇਸ ਤਰੀਕੇ ਦਾ ਹੁੰਦਾ ਠੀਕ ਹੈ ਮਾਈਟੋਕੋਂਡਰੀਆ ਬਹੁਤ ਇੰਪੋਰਟੈਂਟ ਪਾਰਟ ਹੈ ਆਪਣੇ ਸੈੱਲ ਦਾ ਪਹਿਲਾ ਚੀਜ਼ ਤਾਂ ਕੀ ਹੋ ਗਿਆ ਪਾਵਰ ਹਾਊਸ ਹੈ ਐਨਰਜੀ ਬਣਾਉਂਦਾ ਹੈ ਸਭ ਤੋਂ ਵੱਧ ਅਤੇ ਦੂਸਰਾ ਇਹਦੇ ਕੋਲ ਆਪਦਾ ਡੀ ਐਨ ਏ ਅਤੇ ਰਾਈਬੋਸੋਮਸ ਹੁੰਦੇ ਨੇ ਠੀਕ ਹੈ ਆਪਦਾ ਡੀ ਐਨ ਏ ਅਤੇ ਰਾਈਬੋਸੋਮਸ ਦੋਨੋਂ ਹੀ ਇਹਦੇ ਕੋਲ ਹੁੰਦੇ ਤਾਂ ਪਹਿਲੀ ਆਪਸ਼ਨ ਤਾਂ ਹੋ ਗਈ ਆਪਣੀ ਕਰੈਕਟ ਠੀਕ ਹੈ ਦੂਸਰੀ ਕਲੋਰੋਪਲਾਸਟ ਹੁੰਦੇ ਆ ਕਲੋਰੋਪਲਾਸਟ ਕੀ ਹੁੰਦਾ ਹੈਗਾ ਹੁਣ ਜਿਵੇਂ ਮਾਈਟੋਕੋਂਡਰੀਆ ਆਪਣੀ ਬੋਡੀ 'ਚ ਹੈ ਮਤਲਬ ਐਨੀਮਲ ਸੈੱਲ 'ਚ ਆਪਾਂ ਬੇਸਿਕਲੀ ਗੱਲ ਕਰ ਰਹੇ ਹੈਗੇ ਕਿ ਇਹ ਕਿਹੜਾ ਸੈੱਲ ਬਣਾਇਆ ਮੈਂ ਐਨੀਮਲ ਸੈੱਲ ਬਣਾਇਆ ਹੈਗਾ ਤਾਂ ਸੇਮ ਜਿਹੜੇ ਪੇੜ ਪੌਦੇ ਹੁੰਦੇ ਨੇ ਪਲਾਂਟ ਸੈੱਲਸ ਹੁੰਦੇ ਨੇ ਪਲਾਂਟ ਸੈੱਲਸ ਦੇ ਕੋਲ ਇੱਕ ਨਾ ਪਾਰਟ ਹੁੰਦਾ ਹੈਗਾ ਜਿਹਨੂੰ ਆਪਾਂ ਕਹਿ ਦਿੰਦੇ ਹੈਗੇ ਪਲਾਸਟਿਡ ਜਿਹੜਾ ਪਲਾਸਟਿਡ ਹੈ ਮੇਨਲੀ ਉਹ ਕਾਹਦੇ ਵਾਸਤੇ ਹੁੰਦਾ ਹੈਗਾ ਕਲਰ ਦੇ ਵਾਸਤੇ ਹੁੰਦਾ ਕਲਰ ਦਾ ਮਤਲਬ ਕੀ ਹੈ ਹੁਣ ਆਪਾਂ ਪੇੜ ਪੌਦੇ ਨੂੰ ਦੇਖਾਂਗੇ ਪਲਾਂਟਸ ਨੂੰ ਦੇਖਾਂਗੇ ਤਾਂ ਗ੍ਰੀਨ ਕਲਰ ਆਪਾਂ ਨੂੰ ਦਿਖਦਾ ਹੈਗਾ ਹਰਾ ਰੰਗ ਹੁੰਦਾ ਕਈ ਵਾਰੀ ਕੋਈ ਹੋਰ ਕਲਰਸ ਵੀ ਹੁੰਦੇ ਨੇ ਤਾਂ ਜਿਹੜਾ ਪਾਰਟ ਕਲਰ ਦੇ ਵਾਸਤੇ ਹੁੰਦਾ ਉਸ ਪਾਰਟ ਨੂੰ ਆਪਾਂ ਕੀ ਕਹਿ ਦਿੰਦੇ ਹੈਗੇ ਪਲਾਸਟਿਡਸ ਕਹਿ ਦਿੰਦੇ ਹੈਗੇ ਹੁਣ ਜਿਹੜੇ ਇਹ ਪਲਾਸਟਿਡਸ ਨੇ ਇਹ ਅਲੱਗ ਅਲੱਗ ਹੋ ਸਕਦੇ ਆ ਜੇ ਤਾਂ ਇਹ ਗ੍ਰੀਨ ਕਲਰ ਦੇ ਰਿਹਾ ਹੈਗਾ ਤਾਂ ਉਹਨੂੰ ਆਪਾਂ ਕੀ ਕਹਿ ਦਿੰਦੇ ਹੈਗੇ ਕਲੋਰੋਪਲਾਸਟ ਕਹਿ ਦਿੰਦੇ ਹੈ ਅਤੇ ਕਲੋਰੋਪਲਾਸਟ ਦੇ ਵਿੱਚ ਵੀ ਕੀ ਹੁੰਦਾ ਇਹ ਵੀ ਅਗੇਨ ਸਾਰਿਆਂ ਨੂੰ ਹੀ ਪਤਾ ਹੋਊਗਾ ਬਹੁਤ ਹੀ ਸਿੰਪਲ ਹੈ ਛੋਟੇ ਹੁੰਦਿਆਂ ਤੋਂ ਪੜ੍ਹਦੇ ਆ ਰਹੇ ਹਾਂ ਕਲੋਰੋਫਿਲ ਹੁੰਦਾ ਹੈ ਜਿਹੜਾ ਕੀ ਦਿੰਦਾ ਹੈ ਆਪਾਂ ਨੂੰ ਨਹੀਂ ਮਤਲਬ ਪਲਾਂਟਸ ਨੂੰ ਕੀ ਦਿੰਦਾ ਹੈ ਗ੍ਰੀਨ ਕਲਰ ਦਿੰਦਾ ਹੈ ਠੀਕ ਹੈ ਤਾਂ ਪਲਾਸਟਿਡ ਦੀ ਜਿਹੜੀ ਟਾਈਪ ਹੈ ਜੇ ਗ੍ਰੀਨ ਕਲਰ ਹੈ ਤਾਂ ਉਹਨੂੰ ਆਪਾਂ ਕੀ ਕਹਿ ਦਿੰਦੇ ਹੈਗੇ ਕਲੋਰੋਪਲਾਸਟ ਕਹਿ ਦਿੰਦੇ ਹਾਂ ਤਾਂ ਜਿਵੇਂ ਮਾਈਟੋਕੋਂਡਰੀਆ ਐਨੀਮਲ ਸੈੱਲ 'ਚ ਸੀਗਾ ਸੇਮ ਜੋ ਹੈ ਪਲਾਸਟਿਡ ਪਲਾਂਟ ਸੈੱਲ 'ਚ ਹੁੰਦਾ ਇਹਦੇ ਕੋਲ ਵੀ ਕੀ ਹੁੰਦਾ ਹੈ ਆਪਦਾ ਡੀ ਐਨ ਏ ਅਤੇ ਰਾਈਬੋਸੋਮਸ ਦੋਨੋਂ ਹੀ ਇਹਦੇ ਕੋਲ ਹੁੰਦੇ ਨੇ ਠੀਕ ਹੈ ਤਾਂ ਇਹ ਵੀ ਕੀ ਹੋ ਗਿਆ ਆਪਣਾ ਕਰੈਕਟ ਆਪਸ਼ਨ ਹੋ ਗਈ ਇਹਦੇ ਕੋਲ ਵੀ ਰਾਈਬੋਸੋਮਸ ਹੈਗੇ ਨੇ ਤੀਸਰਾ ਆ ਜਾਂਦਾ ਆਪਣਾ ਐਂਡੋਪਲਾਜ਼ਮਿਕ ਰੈਟੀਕੁਲਮ ਜਿਹਨੂੰ ਆਪਾਂ ਕਹਿ ਦਿੰਦੇ ਹੈਗੇ ਈ ਆਰ ਠੀਕ ਹੈ ਈ ਆਰ ਕੀ ਹੁੰਦਾ ਹੈਗਾ ਜੇ ਤੁਸੀਂ ਇਹ ਸਾਰਾ ਕੁਛ ਨਾਲ ਨਾਲ ਨੋਟ ਡਾਊਨ ਕਰ ਰਹੇ ਹੋਗੇ ਤਾਂ ਵੀਡੀਓ ਪੌਜ਼ ਕਰਕੇ ਨੋਟ ਕਰ ਲਓ ਜਾਂ ਫਿਰ ਮਤਲਬ ਨਾਲ ਨਾਲ ਲਿਖਦੇ ਰਹੋ ਤੁਸੀਂ ਮੈਨੂੰ ਥੋੜ੍ਹਾ ਇਰੇਜ਼ ਕਰ ਰਹੀ ਹੈਗੀ ਈ ਆਰ ਦੇ ਲਈ ਠੀਕ ਹੈ ਈ ਆਰ ਕੀ ਹੁੰਦਾ ਹੈਗਾ ਐਂਡੋਪਲਾਜ਼ਮਿਕ ਰੈਟੀਕੁਲਮ ਹੁਣ ਜਿਹੜਾ ਇਹ ਈ ਆਰ ਹੈਗਾ ਇਹ ਦੋ ਤਰੀਕੇ ਦਾ ਹੁੰਦਾ ਹੈਗਾ ਇੱਕ ਤਾਂ ਹੁੰਦਾ ਹੈ ਆਪਣਾ ਰਫ ਐਂਡੋਪਲਾਜ਼ਮਿਕ ਰੈਟੀਕੁਲਮ ਅਤੇ ਇੱਕ ਕੀ ਹੁੰਦਾ ਆਪਣਾ ਸਮੂਦ
ਐਂਡੋਪਲਾਜ਼ਮਿਕ ਰੈਟੀਕੁਲਮ ਸਮੂਥ SER, ਠੀਕ ਹੈ, ਇਹਨੂੰ RER ਕਹਿ ਦਿੰਦੇ ਆ, ਇਹਨੂੰ SER ਕਹਿ ਦਿੰਦੇ ਆ। ਹੁਣ ਇਹ ਕਿਵੇਂ ਦਾ ਹੁੰਦਾ ਹੈਗਾ, ਆਹ ਆਪਣਾ ਵਿਚਾਲੇ ਨਿਊਕਲੀਅਸ ਪਿਆ ਸੈੱਲ ਦੇ, ਆਹ ਸੈੱਲ ਹੈਗਾ ਆਪਣਾ, ਤਾਂ ਇਹਦੇ ਆਸੇ ਪਾਸੇ ਇਸ ਤਰੀਕੇ ਦੇ ਜਿਹੜੇ ਪਾਰਟਸ ਹੁੰਦੇ ਨੇ, ਔਰਗਨਲੀਜ਼ ਹੁੰਦੇ ਨੇ, ਇਹਨਾਂ ਦੇ ਵਿੱਚ ਕੀ ਹੈ, ਆਹ ਵਾਲੇ ਪਾਰਟਸ ਨੇ ਜਿਨ੍ਹਾਂ ਨੂੰ ਆਪਾਂ ER ਕਹਿ ਦਿੰਦੇ ਹਾਂ। ਅਤੇ ਜੇ ਤਾਂ ਕਿਸੇ ER ਦੇ ਉੱਪਰ ਆਹ ਰਾਈਬੋਸੋਮਸ ਅਟੈਚ ਹੈ, ਰਾਈਬੋਸੋਮਸ ਦਾ ਮੇਨ ਕੰਮ ਕੀ ਹੋ ਗਿਆ, ਪ੍ਰੋਟੀਨ ਬਣਾਉਣਾ, ਜਿਹਦਾ ਰਾਈਬੋਸੋਮਸ ਇਸ ਤਰੀਕੇ ਨਾਲ ਉੱਪਰ ਹੈ ਤਾਂ ਦੇਖਣ 'ਚ ਆਪਾਂ ਨੂੰ ਕਿਵੇਂ ਦਾ ਸਰਫੇਸ ਲੱਗ ਰਿਹਾ, ਰਫ ਲੱਗ ਰਿਹਾ ਹੈਗਾ, ਤਾਂ ਇਹਨੂੰ ਆਪਾਂ ਕੀ ਕਹਿ ਦਿੰਦੇ ਹਾਂ, RER ਕਹਿ ਦਿੰਦੇ ਹਾਂ। ਜੇ ਸਮੂਥ ਹੈ, ਬਿਲਕੁਲ ਕੁਛ ਵੀ ਅਟੈਚ ਨਹੀਂ ਹੈਗਾ, ਤਾਂ ਇਹਨੂੰ ਕੀ ਕਹਿ ਦਿੰਦੇ ਹਾਂ ਆਪਾਂ, SER ਕਹਿ ਦਿੰਦੇ ਹਾਂ। ਤਾਂ ER ਦੀ ਵੀ ਇੱਕ ਟਾਈਪ ਹੈ RER, ਜਿਹਦੇ ਵਿੱਚ ਕੀ ਹੋਣਗੇ, ਰਾਈਬੋਸੋਮਸ ਹੋਣਗੇ। ਤਾਂ ਤਿੰਨੋਂ ਆਪਸ਼ਨਸ ਆਪਣੀਆਂ ਕਰੈਕਟ ਨੇ, ਆਪਸ਼ਨ ਕੀ ਬਣਦੀ ਹੈ, ਆਲ ਆਫ ਦੀਸ, ਠੀਕ ਹੈ। ਨੈਕਸਟ ਕਰ ਦੇਵਾਂਗੇ ਅਗਲਾ ਕੁਐਸਚਨ, ਲਾਰਜੈਸਟ ਆਈਸੋਲੇਟਡ ਸਿੰਗਲ ਸੈੱਲ ਇਜ਼। ਹੁਣ ਜਿਹੜੇ ਆਪਣੇ ਸੈੱਲਸ ਨੇ, ਆਪਾਂ ਦੇਖਦੇ ਹਾਂ ਵੀ ਵੱਡੇ ਸੈੱਲਸ ਵੀ ਹੁੰਦੇ ਨੇ, ਛੋਟੇ ਸੈੱਲਸ ਵੀ ਹੁੰਦੇ ਨੇ, ਤਾਂ ਇਹਨਾਂ ਨੇ ਪੁੱਛਿਆ ਹੈ ਧਰਤੀ ਦੇ ਉੱਤੇ ਅਰਧ ਦੇ ਉੱਪਰ ਜਿਹੜਾ ਸਭ ਤੋਂ ਵੱਡਾ ਇੱਕ ਸਿੰਗਲ ਸੈੱਲ ਹੈ, ਲਾਰਜੈਸਟ ਸੈੱਲ ਹੈ, ਉਹ ਕਿਹੜਾ ਹੈ, ਤਾਂ ਉਹ ਹੈ ਆਪਣਾ ਆਸਟ੍ਰਿਚ ਐਗ, ਠੀਕ ਹੈ, ਆਸਟ੍ਰਿਚ ਐਗ। ਹਿਊਮਨ ਓਵਮ ਬਾਰੇ ਕੀ ਇੰਪੋਰਟੈਂਸ ਹੈ, ਹਿਊਮਨ ਓਵਮ ਜਿਹੜਾ ਹੈਗਾ ਇਹ ਲਾਰਜੈਸਟ ਹੈ ਹਿਊਮਨ ਬੋਡੀ ਦਾ, ਲਾਰਜੈਸਟ ਹਿਊਮਨ ਸੈੱਲ। ਅਤੇ ਜਿਹੜਾ ਨਿਊਰੋਨ ਹੈ, ਜਿਹਨੂੰ ਆਪਾਂ ਨਰਵ ਸੈੱਲ ਵੀ ਕਹਿ ਦਿੰਦੇ ਹੈਗੇ, ਇਹ ਕੀ ਹੈ, ਆਪਣੀ ਬੋਡੀ ਦਾ ਲੋਂਗੈਸਟ ਸੈੱਲ, ਲੋਂਗੈਸਟ ਹਿਊਮਨ ਸੈੱਲ, ਠੀਕ ਹੈ। ਤਾਂ ਇੱਥੇ ਆਨਸਰ ਕੀ ਬਣਦਾ ਹੈ, ਆਪਣਾ ਆਸਟ੍ਰਿਚ ਐਗ। ਅਤੇ ਸਭ ਤੋਂ ਛੋਟਾ ਸੈੱਲ ਕਿਹੜਾ ਹੈ, ਮਾਈਕੋ ਪਲਾਜ਼ਮਾ, ਮਾਈਕੋ ਪਲਾਜ਼ਮਾ ਕੀ ਹੈ, ਸਮਾਲੈਸਟ ਸੈੱਲ, ਠੀਕ ਹੈ। ਅਤੇ ਲਾਰਜੈਸਟ ਕੀ ਹੈ, ਆਸਟ੍ਰਿਚ, ਹਿਊਮਨ ਬੋਡੀ ਦੀ ਗੱਲ ਹੋਵੇ ਤਾਂ ਲਾਰਜੈਸਟ ਹਿਊਮਨ ਓਵਮ ਹੈ, ਜਿਹਨੂੰ ਆਪਾਂ ਐੱਗ ਸੈੱਲ ਵੀ ਕਹਿ ਦਿੰਦੇ ਹੈਗੇ, ਫੀਮੇਲ ਰੀਪ੍ਰੋਡਕਟਿਵ ਸੈੱਲ ਆ ਜਾਂਦਾ ਇਹ। ਅਤੇ ਨਿਊਰੋਨ ਕੀ ਹੈ, ਆਪਣਾ ਸਭ ਤੋਂ ਲੌਂਗੈਸਟ ਹੈ, ਠੀਕ ਹੈ। ਨੈਕਸਟ 'ਤੇ ਆਉਂਦੇ ਹੈਗੇ ਪਲੂਰੋ ਨਿਮੋਨੀਆ ਲਾਈਕ ਔਰਗੈਨਿਜ਼ਮਸ, ਜਿਹਦੀ ਸ਼ਾਰਟ ਫਾਰਮ ਹੈ PPLO। ਜਿਹੜੇ ਇਹ PPLO ਦੀ ਗੱਲ ਕਰ ਰਹੇ ਹੈਗੇ, ਇਹ ਕਿਹਦੀ ਇਗਜ਼ਾਮਪਲ ਹੈ, ਕਿਹਦੀ ਟਾਈਪ ਹੈ, ਕਿਹੜੇ ਸੈੱਲ ਦੀ ਟਾਈਪ ਹੈ, ਤਾਂ ਇਹਦਾ ਆਂਸਰ ਜੋ ਬਣਦਾ ਹੈ ਪ੍ਰੋਕੈਰੀਓਟਿਕ ਸੈੱਲ ਬਣਦਾ ਹੈਗਾ। ਹੁਣ ਆਪਾਂ ਇਹਨਾਂ ਦਾ ਥੋੜ੍ਹਾ ਡਿਫਰੈਂਸ ਕਰ ਲੈਂਦੇ ਹੈਗੇ, ਇੱਕ ਹੈਗੇ ਯੂਕੈਰੀਓਟਸ, ਇੱਕ ਹੈਗੇ ਪ੍ਰੋਕੈਰੀਓਟਸ, ਇਹਨਾਂ 'ਚ ਬੇਸਿਕਲੀ ਫਰਕ ਕੀ ਹੁੰਦਾ ਹੈਗਾ, ਠੀਕ ਹੈ। ਤਾਂ ਜਿਹੜੇ ਪ੍ਰੋਕੈਰੀਓਟਸ ਅਤੇ ਯੂਕੈਰੀਓਟਸ ਹੁੰਦੇ ਨੇ, ਇਹਨਾਂ 'ਚ ਕੀ ਫਰਕ ਹੈਗਾ, ਜਿਹੜੇ ਯੂਕੈਰੀਓਟਸ ਹੈ ਇਹਨਾਂ ਨੂੰ ਆਪਾਂ ਕਹਿੰਦੇ ਹੈਗੇ ਐਡਵਾਂਸਡ ਸੈੱਲਸ, ਅਤੇ ਪ੍ਰੋਕੈਰੀਓਟਸ, ਪ੍ਰੋ ਦਾ ਮਤਲਬ ਕੀ ਹੁੰਦਾ ਹੈ, ਪ੍ਰਿਮਿਟਿਵ ਸੈੱਲਸ, ਪ੍ਰਿਮਿਟਿਵ ਦਾ ਮਤਲਬ ਪੁਰਾਣੇ, ਠੀਕ ਹੈ। ਹੁਣ ਪੁਰਾਣੇ ਤੋਂ ਕੀ ਮਤਲਬ ਹੈ, ਜਿਵੇਂ ਆਪਣੇ ਕੁਛ ਬੈਕਟੀਰੀਆ ਆ ਜਾਂਦੇ ਨੇ, ਠੀਕ ਹੈ, ਬੈਕਟੀਰੀਆ, ਕੁਛ ਹੋਰ ਛੋਟੇ ਮਾਈਕਰੋ ਔਰਗੈਨਿਜ਼ਮਸ ਆ ਜਾਂਦੇ ਨੇ, ਤਾਂ ਉਹ ਕੀ ਹੁੰਦੇ ਨੇ, ਜਿਹੜੇ ਪ੍ਰੋਕੈਰੀਓਟਸ ਹੁੰਦੇ ਨੇ, ਇਹਨਾਂ ਦਾ ਜੇ ਮੈਂ ਸੈੱਲ ਡਰਾ ਕਰਨਾ ਹੋਵੇ ਤਾਂ ਸਪੋਜ਼ ਆਪਣੇ ਕੋਲ ਆਹ ਸੈੱਲ ਹੈ, ਇੱਕ ਪਾਸੇ ਆਪਣੇ ਕੋਲ ਆਹ ਯੂਕੈਰੀਓਟ ਹੈ, ਤਾਂ ਇਹਨਾਂ ਦੋਨਾਂ 'ਚ ਬੇਸਿਕਲੀ ਮੇਨ ਡਿਫਰੈਂਸ, ਫਰਕ ਕੀ ਹੁੰਦਾ ਹੈਗਾ, ਜਿਹੜੇ ਯੂਕੈਰੀਓਟਸ ਹੈ ਇਹਨਾਂ 'ਚ ਜਿਹੜਾ ਨਿਊਕਲੀਅਸ ਹੈ ਪ੍ਰੋਪਰ ਉਹਦੀ ਇੱਕ ਆ ਕਵਰਿੰਗ ਬਣੀ ਹੋਈ ਆ, ਉਹਦੇ ਵਿੱਚ ਪ੍ਰੋਪਰ ਤਰੀਕੇ ਨਾਲ ਇਹਨਾਂ ਦਾ ਜੋ ਜੈਨੇਟਿਕ ਮਟੀਰੀਅਲ ਹੈ ਉਹ ਪਿਆ ਹੁੰਦਾ। ਪਰ ਜਿਹੜੇ ਪ੍ਰੋਕੈਰੀਓਟਸ ਹੁੰਦੇ ਨੇ, ਉਹਨਾਂ ਦੇ ਵਿੱਚ ਜਿਹੜਾ ਇਹਨਾਂ ਦਾ ਜੈਨੇਟਿਕ ਮਟੀਰੀਅਲ ਹੈ ਉਹ ਇਸ ਤਰੀਕੇ ਨਾਲ ਸਾਈਡ 'ਤੇ ਪਿਆ ਹੁੰਦਾ, ਕੋਈ ਕਵਰਿੰਗ ਨਹੀਂ ਹੁੰਦੀ, ਕੁਛ ਨਹੀਂ ਹੁੰਦਾ, ਬਸ ਸੈੱਲ ਦੇ ਵਿੱਚ ਫੈਲਿਆ ਹੁੰਦਾ ਹੈਗਾ। ਤਾਂ ਇਹ ਸੈੱਲਸ ਨੂੰ ਆਪਾਂ ਕੀ ਕਹਿ ਦਿੰਦੇ ਹੈਗੇ, ਪ੍ਰੋਕੈਰੀਓਟਸ। ਜੇ ਪ੍ਰੋਪਰ ਨਿਊਕਲੀਅਸ ਕਵਰ ਹੋਵੇ, ਇੱਕ ਕਵਰਿੰਗ ਬਣੀ ਹੋਈ ਹੈ, ਤਾਂ ਇਹਨੂੰ ਆਪਾਂ ਕੀ ਕਹਿ ਦਿੰਦੇ ਹੈਗੇ, ਯੂਕੈਰੀਓਟਸ ਕਹਿ ਦਿੰਦੇ, ਠੀਕ ਹੈ। ਅਤੇ ਜਿਹੜਾ ਆਹ ਹੈ ਪ੍ਰੋਪਰ, ਜੇ ਕਵਰ ਹੈ ਤਾਂ ਇਹਨੂੰ ਆਪਾਂ ਕੀ ਕਹਿ ਦਾਂਗੇ, ਨਿਊਕਲੀਅਸ ਕਹਿ ਦਾਂਗੇ। ਪਰ ਜੇ ਕੋਈ ਵੀ ਕਵਰ ਨਹੀਂ ਬਣਿਆ ਹੋਇਆ, ਸਿੰਪਲ ਹੀ ਜੈਨੇਟਿਕ ਮਟੀਰੀਅਲ ਫੈਲਿਆ ਹੋਇਆ ਸੈੱਲ ਦੇ ਵਿੱਚ, ਤਾਂ ਇਹਨੂੰ ਆਪਾਂ ਕੀ ਕਹਿ ਦਿੰਦੇ ਹੈਗੇ, ਨਿਊਕਲੀਓਇਡ ਕਹਿ ਦਿੰਦੇ ਹਾਂ, ਠੀਕ ਹੈ। ਨਿਊਕਲੀਓਇਡ ਦੇ ਨਾਮ ਨਾਲ ਆਪਾਂ ਜਾਣਦੇ ਹਾਂ, ਅਤੇ ਇਹੀ ਹੈ ਜੋ ਮੇਨ ਡਿਫਰੈਂਸ ਦੋਨਾਂ ਦੇ ਵਿੱਚ ਹੈ, ਕਲੀਅਰ। ਇਹ ਐਡਵਾਂਸ ਸੈੱਲ ਆ ਜਾਂਦੇ, ਉਹ ਕੀ ਆ ਜਾਂਦੇ ਨੇ, ਪੁਰਾਣੇ ਪ੍ਰਿਮਿਟਿਵ ਸੈੱਲ। ਤਾਂ ਜਿਹੜਾ PPLO ਹੈ ਉਹ ਕਿਹਦੀ ਇਗਜ਼ਾਮਪਲ ਹੈ, ਆਪਣੇ ਪ੍ਰੋਕੈਰੀਓਟਿਕ ਸੈੱਲਸ ਦੀ ਹੈ। ਥਰਡ RBC ਜੋ ਹੈ, ਰੈੱਡ ਬਲੱਡ ਸੈੱਲ, ਇਹਨਾਂ ਦਾ ਕੀ ਕੰਮ ਹੁੰਦਾ ਹੈਗਾ ਰੈੱਡ ਬਲੱਡ ਸੈੱਲਸ ਦਾ, ਪਹਿਲੇ ਕੁਛ ਪੁਆਇੰਟਸ ਦੇਖ ਲੈਂਦੇ ਹਾਂ RBCs ਦੇ ਬਾਰੇ। ਜਿਹੜੇ RBCs ਨੇ, ਰੈੱਡ ਬਲੱਡ ਕਾਰਪਿਊਸਲਸ ਵੀ ਕਹਿ ਦਿੰਦੇ, ਇਹਨਾਂ ਦਾ ਪਹਿਲੀ ਗੱਲ ਤਾਂ ਰੈੱਡ ਕਲਰ ਹੁੰਦਾ ਕਿਸ ਚੀਜ਼ ਕਰਕੇ ਹੈਗਾ। ਹੁਣ ਜਿਵੇਂ ਆਪਾਂ ਗੱਲ ਕੀਤੀ ਸੀਗੀ ਪਲਾਂਟਸ ਦੇ ਵਿੱਚ ਕੀ ਹੁੰਦਾ ਹੈਗਾ, ਕਲੋਰੋਫਿਲ ਹੁੰਦਾ, ਜਿਹਦੇ ਕਰਕੇ ਹਰਾ ਰੰਗ ਆਉਂਦਾ ਹੈਗਾ, ਰੈੱਡ ਬਲੱਡ ਸੈੱਲਸ ਦੇ ਵਿੱਚ ਕੀ ਆਉਂਦਾ ਹੈ, ਹੀਮੋਗਲੋਬਿਨ ਆ ਜਾਂਦਾ ਹੈਗਾ, ਜਿਹਨੂੰ ਆਪਾਂ ਸ਼ੋਰਟ ਫਾਰਮ ਦੇ ਵਿੱਚ HB ਕਹਿ ਦਿੰਦੇ ਹੈਗੇ। ਤਾਂ HB ਜੋ ਹੈ, ਇਸ ਚੀਜ਼ ਕਰਕੇ ਜੋ ਹੈ, ਇਹ ਪਿਗਮੈਂਟ ਹੈ, ਪਿਗਮੈਂਟ ਮਤਲਬ ਕੁਛ ਕਲਰ
दे रहा है अपने ब्लड नू खून नू तो उदे करके जो है रेड ब्लड सेल्स का कलर जो है रेड हुंदा है, ठीक है। हुन एचबी जो है हीमोग्लोबिन है दा मेन काम की हो गया रेड कलर देना, पर कोई होर काम भी तो होगा, सिर्फ रंग देना तो नहीं हैगा। तो हीमोग्लोबिन जो है दूसरा काम की करता है, जिन्नी भी अपनी बॉडी दे विच ऑक्सीजन हुंदी है उनू ट्रांसपोर्ट करता है, ऑक्सीजन्स ट्रांसपोर्ट्स ऑक्सीजन, ठीक है। जिथे भी कितने ऑक्सीजन की जरूरत है अपनी बॉडी दे विच उत्थे की करता है लैके जाता है एचबी का काम। तो जिहड़ा एक एचबी हुंदा है, एक एचबी की करता है चार जिहड़े ऑक्सीजन दे मॉलिक्यूल्स हुंदे ने उन्हां नू चार ऑक्सीजन नू लैके एक जगह ते छड्ड सकता है, ठीक है। तो यह जो एक एचबी चार ऑक्सीजन नू चक के लैके जाता है तो इनू आपां की कह दिंदे हैगे ऑक्सी हीमोग्लोबिन, ठीक है। नैक्सट डबल्यू बी सी बारे गल कर लें, वाइट ब्लड सैल्स या वाइट ब्लड कॉरपूसल्स कह देंगे है इन्हों। तो डबल्यू बी सी इज़ मेनली कि रिस्पोंसीबल होंगे है अपने इम्यून सिस्टम वास्ते। इम्यून सिस्टम की हुंदा है? इम्यून सिस्टम वो वाला सिस्टम है अपनी बॉडी का जिड़ी कि अपनी एक बॉडी की क्षमता है, एक स्ट्रेंथ बनी हुई है कि जो कोई भी बाहरली चीज़ अपनी बॉडी एंटर करती है तो अपने सैल्स जोड़े है उस चीज़ को देख के कि कोई नुकसान ना पहुँचा सके बाहरली चीज़ अपनी बॉडी के करते हैं उद्दे नाल लड़दे ने। लड़न की जो एक क्षमता है बाहरलिया चीज़ों नाल अपनी बॉडी की तो उन्होंने आप कह दें इम्यून सिस्टम कह दें। तो यह जोड़ा इम्यून सिस्टम है मेनली कहदे करके होंगे अपने डबल्यू बी सी वाइट ब्लड सैल्स करके होंगे है, ठीक है। तो डबल्यू बी सी जोड़े है इन्हों आप होर किस नाम जानते हैं? डबल्यू बी सी आप कहने हैं ल्यूकोसाइट्स, ठीक है। क्योंकि ल्यूको वर्ड का की मतलब होंगे है? ल्यूको का मतलब होंगे है वाइट या फिर ट्रांसपेरेंट, ठीक है। ताई करके आपां इन्हां नूं ल्यूकोसाइट्स कह दिंदे हैगे। तो अगे भी इन्हां दीआं बहुत सारियां टाइप्स हुंदियां ने, हौली हौली आपां कवर करदे जा रहे हैं, ठीक है। तो अज थोड़ी जी पहली क्लास है तो मैं सोच रही हूँ भी थोड़ा ज़्यादा डिटेल च ना होवे, आपां सिंपल जिहियां चीज़ां तक ही रखिए, बस ऑप्शन तक ही रखिए, हौली हौली थोड़ियां सारियां चीज़ां क्लीयर हुंदियां जाणगियां, ठीक है। अगले क्वेश्चन ते आउंदे हैगे। नैक्सट हैगा विच ऑफ द फॉलोइंग स्टेटमेंट इज़ इनकरैक्ट अबाउट प्रोकैरियोट्स। तो आप हूँ ही प्रोकैरियोट्स की गल की, पुराने ऑर्गैनिज़म पुराने सैल जोड़े होंगे ने उन्होंने न्यूक्लियस प्रॉपर कवर नहीं होंदा हैगा, सैल च फैलिया होंदा तो उन्होंने आप कह दें न्यूक्लियोइड कह दें। तो उन्होंने बारे ही दसना है कि इनकरैक्ट कि है गलत कि है, ठीक है। तो सब तो पहला देयर इज़ नो वैल डिफाइंड न्यूक्लीअस, तो बिल्कुल सही है कि न्यूक्लीअस उन्होंने को वैल डिफाइंड नहीं होंगे। वैल डिफाइंड का मतलब इतने की है कि प्रॉपर एक कवर नहीं बनया हों, तो इनू आप कह दें न्यूक्लियोइड कह दें। तो यह स्टेटमेंट तो सही है अपनी। दूसरी माइकोप्लाज्मा, माइकोप्लाज्मा कितने किया से आप हूँ ही पिछले देखा, सब तो स्मॉलेस्ट सैल जो है माइकोप्लाज्मा वो भी की है एक प्रोकैरियोट है। ये की करता है? डज नॉट हैव सैल मैमब्रेन। हुण आपां जो मैं प्रोकैरियोट सैल थोनू बना के दिखाया सीगा इस तरीके नाल ते एवें उहदा जेनेटिक मटीरियल बनाता मैं, पर जिहड़ा भी सैल है आप सैल कह रहे हैं तो सैल जे आप कहने हैं तो उहदी कवर बहुत जरूरी है, ताही आप सैल कहेंगे, नहीं तो सिंपल एक मटीरियल लिक्विड कि भी फैलता रहे। सैल आप उदों ही कहने जदों उहदे एक प्रॉपर कवर बनया होया जिन्हों आप सैल मैमब्रेन या फिर प्लाज्मा मैमब्रेन के नाम नाल जानते हैं, ठीक है। तो जिहड़ा यह एक कवर है सैल का प्लाज्मा मैमब्रेन है यह बहुत जरूरी है। तो इन्होंने कहा कि जिहड़ा प्रोकैरियोट्स है या फिर उहदी एक एग्जाम्पल देती माइकोप्लाज्मा उहदे कोल सैल मैमब्रेन है नहीं, फिर तो सैल रहा ही नहीं हैगा माइकोप्लाज्मा। तो यह स्टेटमेंट की होगी अपनी गलत होगी प्रोकैरियोट्स के बारे, ठीक है। अगला देख लें, साइटोप्लाज्म इज नॉट प्रेजेंट इन प्रोकैरियोट्स। तो जिहड़े साइटोप्लाज्म हुंदा हैगा, साइटोप्लाज्म का की मतलब है कि जिहड़ा आह आसे पासे जिन्ना भी इत्थे लिक्विड हुंदा है इनू आपां की कह दिंदे हैगे साइटोप्लाज्म कह दिंदे हैगे, मतलब लिक्विड जो है यह जो है साइटोप्लाज्म इन्हां कोले जो है सैल दे आसे पासे जो है लिक्विड है उन्हों आपां साइटोप्लाज्म कहता। यह कहिंदे भी साइटोप्लाज्म हुंदा नहीं हैगा प्रोकैरियोट्स दे विच, साइटोप्लाज्म भी इन्हां दे कोले हुंदा है। तो लास्ट ऑप्शन आ गया अपने कोले नन ऑफ दीज, इहदे च थोड़ी जी गड़बड़ है, इनकरैक्ट पुछा सीगा, तो अपने कोले दो ऑप्शन बनदियां ने बी ते सी दोनों बन गईआं, ठीक है। प्रोकैरियोट डज नॉट हैव सैल मैमब्रेन, हाँ जी इहदे कोले सैल मैमब्रेन हुंदी है ते इन्हां कोले साइटोप्लाज्म भी हुंदा है, ठीक है। चलो कोई गल नहीं, ऑप्शन एक अपने को होर गलत पैगी, तो यह दो ऑप्शन बन जाए ने। अगला
द प्रोसैस थ्रू विच राइबोसोम कन्वर्ट एम आर एन ए टू प्रोटीन इज कॉल्ड, तो पहला थोड़ा मैं आंसर ही दस दिनी हैगी, यदा है ट्रांसलेशन। हूँ यदा मतलब समझ लें की हों, हम जिमें आप डी एन ए या आर एन ए की गल की सी, आर एन ए मतलब राइबोस न्यूक्लिक एसिड हों, तो जेनेटिक मटीरियल हों, तो आर एन ए जो है यदि एक अगे टाइप होंगी है एम आर एन ए। एम आर एन ए आप कह दें मैसेंजर आर एन ए कह दें, यदि फुल फॉर्म जो है। हूँ जो है एम आर एन ए है, आर एन ए की एक फरदर टाइप आ गई, ये की करता है एम आर एन ए प्रोटीन बनाने हेल्प करता है। तो जो प्रोसैस जोड़े तरीके प्रोटीन बनते हैं आर एन ए के स्पैशली एम आर एन ए के, तो उन्होंने आप कह दें ट्रांसलेशन के नाम जानते हैं, तो यही इन्होंने पूछा सगा कन्वर्जन एम आर एन ए तो प्रोटीन तक उन्होंने की कह दें आप ट्रांसलेशन कह दें। अगला इन्होंने की एक ऑप्शन है ट्रांसक्रिप्शन। ट्रांसक्रिप्शन की होंदा है, ट्रांसक्रिप्शन का मतलब की है कि जदों डी एन ए आर एन ए कन्वर्ट हो जाता है, इस तरीके आप कहने ट्रांसक्रिप्शन। हम इन फर्क की है, फुलफॉर्म तो आप देख ही ली सी, डी एन ए की होंगे है इस तरीके का डबल स्टैंड होंगे, आर एन ए की होंगे इस तरीके सिंगल स्टैंड होंगे है। तो जे आप डबल स्टैंड तो सिंगल स्टैंड करना है तो इस तरीके आप कह दें ट्रांसक्रिप्शन कह दें। ठीक है, सी ऑप्शन कन्वर्जन। कन्वर्जन का कुछ भी नहीं होंगे है, कोई प्रोसैस नहीं है ये, तो यह आंसर अपने को बनता है बी ट्रांसलेशन। ठीक है, नैक्सट क्वेश्चन देख लें, विच ऑफ द फॉलोइंग स्टेटमेंट स्टेट्स द डिफरेंस बिटवीन प्लांट एंड एनिमल सैल, तो हम प्लांट के एनिमल सैल का फर्क पूछा है, डिफरेंस मेनली केड़ा है। तो पहली ऑप्शन देख लें, सेंट्रियोल्स आर एबसेंट इन एनिमल सैल, तो सेंट्रियोल्स परे पहला आप देख लें की होंगे है। सेंट्रियोल्स की होंगे ने एक अपने को, जिम्मे मैं थोड़ा पिछले दसिया कि जोड़े सैल ऑर्गेनलीज ने मतलब पार्ट्स ने, वो की होंगे ने, हरेक सैल के कुछ कुछ पार्ट्स होंगे जिन्हों का आपदा आपदा काम है, कुछ ना कुछ फंक्शन प्रोवाइड करते हैं। ठीक है, तो सेम एनिमल सैल्स के होंगे एक ऑर्गेनली होंगे जिसका नाम की है सेंट्रोसोम्स है। ठीक है, सेंट्रोसोम्स की करते हैं, ये कादे लिए रिस्पोंसिबल होंगे ने, सैल डिवीजन के लिए जरूरी होंगे। सैल डिवीजन का की मतलब है कि सैल जो डिवाइड करता है, सपोज पुराना सैल हो गया उन्हें अगर डिवाइड करना, नवे सैल्स बनने ने, कुछ डेड सैल्स हो जाते हैं वो जगह पर नवे सैल्स होंगे, जिम्मे डबल्यू बी सीज की आप गल की सी, तो डबल्यू बी सीज का की मतलब है कि वह की करते हैं, डबल्यू बी सीज मतलब किसी बाहरली चीज़ ना लड़ते हैं, लड़न की कोशिश करते हैं, उन्होंने इम्यून सिस्टम कह दें। तो सैल्स बहुत सारे डिस्ट्रॉय हो जाते अपने शरीर के नवे बनते रहते हैं, तो जो एक तरीका है सैल को डिवाइड कर, सैल डिवीजन जो है वो जो पार्ट मेन रिस्पोंसिबल होंगे वह की होंगे अपना सेंट्रोसोम होंगे है, तो स्पैशली कि होंगे है ये एनिमल सैल च होंगे है। ठीक है, हुण जिहड़ा सेंट्रोसोम है इहदे विच वी फरदर जो हुंदे ने सेंट्रियोल्स आ जांदे ने, जिहड़े की करदे ने हैल्प करदे ने सैल नूं डिवाइड होण दे विच। तां पहली ऑप्शन जो इन्होंने कहा है सेंट्रियोल्स आर एबसेंट इन एनिमल सैल, ये तो बिल्कुल ही गलत है, एनिमल सैल तो बहुत ज़्यादा डिवाइड करते हैं, तो एनिमल सैल का मेन पार्ट ही की है अपना डिवीजन के वेले जिहड़े काम आते हैं सेंट्रोसोम्स होंगे ने, तो अंदर की आते हैं सेंट्रियोल्स आते हैं। ठीक है, तो यह ऑप्शन तो गलत होगी, ये मेन डिफरेंस नहीं बनया, तो गलत भी है ऑप्शन। ठीक है, दूसरी सैल वॉल इज प्रेजेंट इन बोथ एनिमल एंड प्लांट सैल, ये तो मतलब हर किसी को यह पता होगा कि मेन डिफरेंस जो प्लांट के एनिमल सैल का होंगे वह सैल वॉल का होंगे है। जो प्लांट सैल आप बनाने गे सपोज आ सैल बनाया गा वो आसे पासे इस तरीके वॉल बनाने, जे एनिमल सैल बनाने तो इस तरीके बनाने गे। ठीक है, तो मेन जो डिफरेंस है प्लांट के एनिमल सैल च कि है अपने सैल वॉल का ही होंगे है। तो ये की कह रहे हैं कि सैल वॉल दोनों च होंगी है, पर गलत है, सिर्फ तो सिर्फ कि होंगी है प्लांट सैल च होंगी है, एनिमल सैल च सैल वॉल नहीं होंगी हैगी। ठीक है, नैक्सट प्लांट सैल्स हैव लार्ज सेंट्रल वैक्यूल, हम जिमें अलग अलग पार्ट्स ऑर्गनलीज होंगे ने, तो जो प्लांट सैल होंगे न्यूक्लीअस के नाल उन्होंने को होंगे इस तरीके का एक वैक्यूल प्रेजेंट होंगे है। तो जो वैक्यूल है यदा काम की होंगे, जिन्या भी एक्सट्रा चीज़ा सैल के हैगिया ने, चाहे वह वेस्ट है, चाहे एनर्जी है, कुछ भी ट्रांसपोर्ट करना है इधर तो उधर करना है, एक्सट्रा चीज़ा जिन्या भी जाके स्टोर हो रही ने वह कितने होंगे ने, वैक्यूल होंदिया ने। तो वैक्यूल बेसिकली होंगे की है, एक खाली जगह होंगी है सैल दे विच, एम्प्टी स्पेस जिन्हों आप कह दें है वैक्यूल। तो यह बहुत वड्डा डिफरेंस है दोनों दे विच, जिहड़े प्लांट सैल उन्होंने एक इस तरीके का वड्डा वैक्यूल होगा, पर जिहड़े एनिमल सैल होंगे उन्होंने तीन चार इस तरीके नाल छोटे छोटे वैक्यूल्स होंगे। ठीक है, तो यही इन्होंने कहा है कि प्लांट सैल्स को लार्ज सेंट्रल वैक्यूल होंगे, ये आंसर जो है बिल्कुल सही है इस स्टेटमेंट।
ਠੀਕ ਹੈ। ਅਗਲਾ ਦੇਖ ਲੈਂਦੇ ਹਾਂ, ਐਨੀਮਲ ਸੈੱਲ ਹੈਵ ਪਲਾਸਟਿਡਸ, ਇਹ ਆਪਾਂ ਹੁਣੇ ਡਿਸਕਸ ਕੀਤਾ ਹੈ। ਪਲਾਸਟਿਡ ਕੀ ਹੁੰਦੇ ਨੇ? ਕਲਰ ਰਿਸਪੋਂਸੀਬਲ ਹੁੰਦਾ, ਜਿਹੜਾ ਵੀ ਪਲਾਂਟਸ ਨੂੰ ਕਲਰ ਮਿਲਦਾ ਹੈ, ਰੰਗ ਮਿਲਦਾ ਹੈ, ਉਹ ਪਲਾਸਟਿਡਸ ਕਰਕੇ ਹੈ। ਤਾਂ ਪਲਾਸਟਿਡਸ ਅੱਗੇ ਅਲੱਗ ਅਲੱਗ ਤਰੀਕੇ ਦੇ ਹੋ ਸਕਦੇ ਆ, ਜਿੱਦਾਂ ਗ੍ਰੀਨ ਕਲਰ ਦੇ ਰਿਹਾ ਤਾਂ ਕਲੋਰੋਪਲਾਸਟ ਹੋ ਗਿਆ, ਜੇ ਹੋਰ ਕੋਈ ਕਲਰ ਆਉਂਦੇ ਨੇ ਤਾਂ ਉਹਨੂੰ ਆਪਾਂ ਕੀ ਕਹਿ ਦਿੰਦੇ ਹੈਗੇ? ਕ੍ਰੋਮੋਪਲਾਸਟ ਕਹਿ ਦਿੰਦੇ, ਕਿਉਂਕਿ ਹਮੇਸ਼ਾ ਤਾਂ ਹਰ ਜਿਹੜਾ ਪਲਾਂਟ ਹੈ ਉਹਦਾ ਕਲਰ ਗ੍ਰੀਨ ਤਾਂ ਹੁੰਦਾ ਨਹੀਂ ਹੈਗਾ, ਕੁਝ ਹੋਰ ਕਲਰਸ ਵੀ ਹੁੰਦੇ ਨੇ, ਤਾਂ ਉਹਨੂੰ ਆਪਾਂ ਕ੍ਰੋਮੋਪਲਾਸਟ ਕਹਿ ਦਿੰਦੇ ਹਾਂ। ਜੇ ਵਾਈਟ ਜਾਂ ਫਿਰ ਟ੍ਰਾਂਸਪੇਰੈਂਟ ਕਲਰ ਆਉਂਦਾ ਹੈ, ਜਿਵੇਂ ਕੁਝ ਪ੍ਰੋਟੀਨਸ ਹੋ ਜਾਂਦੇ ਆ, ਸਟਾਰਚ ਹੋ ਜਾਂਦਾ, ਤਾਂ ਉਹਦੇ ਲਈ ਕੀ ਹੈ? ਆਪਣਾ ਲਿਊਕੋਪਲਾਸਟ। ਠੀਕ ਹੈ, ਤਾਂ ਇਹਦਾ ਆਂਸਰ ਬਣ ਗਿਆ ਆਪਣੇ ਕੋਲ ਸੀ। ਅਗਲੇ ਕੁਐਸਚਨ ਤੇ ਆਉਂਦੇ ਹੈਗੇ, ਸਿੰਗਰ ਐਂਡ ਨਿਕੋਲਸਨ ਪ੍ਰਪੋਜ਼ਡ ਫਲੂਇਡ ਮੋਜ਼ੈਕ ਮਾਡਲ ਆਫ, ਤਾਂ ਦੋ ਸਾਇੰਟਿਸਟ ਸੀਗੇ, ਠੀਕ ਹੈ, ਇਹਨਾਂ ਦੋਨਾਂ ਦਾ ਕੀ ਨਾਮ ਹੈ? ਸਿੰਗਰ ਅਤੇ ਨਿਕੋਲਸਨ ਹੈ। ਇਹਨਾਂ ਦੋਨਾਂ ਨੇ ਇੱਕ ਮਾਡਲ ਤਿਆਰ ਕੀਤਾ ਸੀਗਾ, ਉਸ ਮਾਡਲ ਦਾ ਕੀ ਨਾਮ ਰੱਖਿਆ? ਫਲੂਇਡ ਮੋਜ਼ੈਕ ਮਾਡਲ ਰੱਖਿਆ। ਅਤੇ ਉਹ ਕਿਸ ਚੀਜ਼ ਦਾ ਮਾਡਲ ਸੀਗਾ, ਇਹ ਪੁੱਛਿਆ ਹੈ। ਇਹਦਾ ਆਂਸਰ ਹੈ ਆਪਣਾ ਸੈੱਲ ਮੈਂਬਰੇਨ, ਅਤੇ ਸੈੱਲ ਮੈਂਬਰੇਨ ਆਪਾਂ ਪਹਿਲਾਂ ਵੀ ਹੁਣੀ ਕੀਤਾ ਹੈ, ਇਹਨੂੰ ਆਪਾਂ ਕੀ ਕਹਿੰਦੇ ਹੈਗੇ? ਪਲਾਜ਼ਮਾ ਮੈਂਬਰੇਨ ਦੇ ਨਾਮ ਨਾਲ ਜਾਣਦੇ ਹੈਗੇ। ਅਤੇ ਜਿਹੜਾ ਸੈੱਲ ਮੈਂਬਰੇਨ ਜਾਂ ਪਲਾਜ਼ਮਾ ਮੈਂਬਰੇਨ ਹੈ, ਇਹਦਾ ਜਿਹੜਾ ਇੱਕ ਮਾਡਲ ਹੈ ਫਲੂਇਡ ਮੋਜ਼ੈਕ ਮਾਡਲ, ਉਹ ਆਹ ਦੋ ਸਾਇੰਟਿਸਟ ਨੇ ਦਿੱਤਾ ਸੀਗਾ। ਠੀਕ ਹੈ, ਇਹਨਾਂ ਨੇ ਕੀ ਕਿਹਾ ਸੀਗਾ ਕਿ ਜਿਹੜਾ ਇਹ ਇੱਕ ਸੈੱਲ ਮੈਂਬਰੇਨ ਹੈ, ਜਿਹੜੀ ਇੱਕ ਬਾਹਰ ਕਵਰ ਬਣਿਆ ਹੁੰਦਾ ਸੈੱਲ ਦਾ, ਇਹ ਕੀ ਬਣਿਆ ਹੋਇਆ? ਕੁਝ ਪ੍ਰੋਟੀਨਸ ਦਾ ਬਣਿਆ ਅਤੇ ਫੋਸਫੋਲਿਪਿਡਸ ਦਾ ਬਣਿਆ ਹੁੰਦਾ ਹੈਗਾ। ਇਹ ਲਿਖ ਲਓ, ਤੁਸੀਂ ਨੋਟ ਡਾਊਨ ਕਰ ਲਓ। ਇਹ ਜੋ ਸੈੱਲ ਮੈਂਬਰੇਨ ਹੈ, ਇਹ ਕਾਹਦੀ ਬਣੀ ਹੁੰਦੀ ਹੈਗੀ? ਫੋਸਫੋਲਿਪਿਡਸ ਅਤੇ ਕੁਛ ਪ੍ਰੋਟੀਨਸ ਦੀ ਬਣੀ ਹੁੰਦੀ ਹੈ। ਤਾਂ ਜਿਹੜਾ ਇੱਕ ਉਹ ਬੇਸਿਕਲੀ ਇੱਕ ਮਾਡਲ ਇਹਨਾਂ ਨੇ ਤਿਆਰ ਕੀਤਾ, ਅਤੇ ਕੀ ਹੁੰਦੀ ਹੈ ਇਹ? ਬਾਏ ਲੇਅਰ ਹੁੰਦੀ ਹੈ ਲਿਪਿਡਸ ਦੀ। ਬਾਏ ਲੇਅਰ ਦਾ ਮਤਲਬ ਇੱਕ ਡਬਲ ਲੇਅਰ ਬਣੀ ਹੁੰਦੀ ਹੈ ਸੈੱਲ ਦੇ ਆਸੇ ਪਾਸੇ, ਜਿਹੜੀ ਪਲਾਜ਼ਮਾ ਮੈਂਬਰੇਨ ਹੈ। ਤਾਂ ਇਹ ਕੀ ਹੈ? ਉਹਦਾ ਮਾਡਲ ਇੱਕ ਤਿਆਰ ਕਰਕੇ ਦੱਸਿਆ ਵੀ ਕਿਹੜੇ ਕਿਹੜੇ ਪ੍ਰੋਟੀਨਸ ਹੁੰਦੇ, ਕਿਵੇਂ ਕਿਵੇਂ ਅੰਦਰ ਬਾਹਰ ਕੋਈ ਚੀਜ਼ਾਂ ਆਉਂਦੀਆਂ ਜਾਂਦੀਆਂ ਨੇ ਸੈੱਲ ਦੇ, ਤਾਂ ਉਹ ਸਾਰਾ ਇਹਨਾਂ ਦੋਨਾਂ ਨੇ ਦੱਸਿਆ ਸੀਗਾ। ਠੀਕ ਹੈ, ਅਤੇ ਇੱਕ ਹੋਰ ਕਰੈਕਟਰਿਸਟਿਕ, ਬਹੁਤ ਇੰਪੋਰਟੈਂਟ ਪੁਆਇੰਟ ਪਲਾਜ਼ਮਾ ਮੈਂਬਰੇਨ ਬਾਰੇ, ਉਹ ਕੀ ਹੈ ਕਿ ਜਿਹੜੀ ਆਹ ਪਲਾਜ਼ਮਾ ਮੈਂਬਰੇਨ ਹੈ, ਇਹ ਕੀ ਹੁੰਦੀ ਹੈਗੀ? ਸਿਲੈਕਟਿਵਲੀ ਪਰਮੀਏਬਲ ਮੈਂਬਰੇਨ ਹੁੰਦੀ ਹੈ। ਠੀਕ ਹੈ, ਸਿਲੈਕਟਿਵਲੀ ਪਰਮੀਏਬਲ ਦਾ ਮਤਲਬ ਕੀ ਹੈ ਕਿ ਸੈੱਲ ਜਿਹੜਾ ਹੈਗਾ, ਸੈੱਲ ਦੇ ਅੰਦਰ ਕਿੰਨਾ ਕੁਛ ਬਣ ਰਿਹਾ, ਬਾਹਰ ਕੁਛ ਟ੍ਰਾਂਸਪੋਰਟ ਹੋਣਾ ਹੈ, ਅੰਦਰੋਂ ਵੇਸਟ ਬਾਹਰ ਜਾਣਾ ਹੈ, ਬਾਹਰੋਂ ਕੋਈ ਚੀਜ਼ ਸੈੱਲ ਦੇ ਅੰਦਰ ਆਉਣੀ ਆ, ਤਾਂ ਇਹ ਨਹੀਂ ਹੈਗਾ ਕਿ ਹਰ ਚੀਜ਼ ਸੈੱਲ ਦੇ ਅੰਦਰ ਬਾਹਰ ਟ੍ਰਾਂਸਪੋਰਟ ਹੋ ਰਹੀ ਹੈਗੀ। ਕੁਛ ਹੀ ਸਿਲੈਕਟਿਵ ਚੀਜ਼ਾਂ ਹੀ ਹੁੰਦੀਆਂ ਨੇ, ਕੁਛ ਸਿਲੈਕਟਿਵ ਚੀਜ਼ਾਂ ਜਿਹੜੀਆਂ ਚਾਹੀਦੀਆਂ ਨੇ ਜਾਂ ਨਹੀਂ ਚਾਹੀਦੀਆਂ ਸੈੱਲ ਤੋਂ ਬਾਹਰ ਜਾਂਦੀਆਂ ਨੇ, ਤਾਂ ਉਸ ਚੀਜ਼ ਨੂੰ ਆਪਾਂ ਕੀ ਕਹਿ ਦਿੰਦੇ ਹਾਂ ਕਿ ਸਿਲੈਕਟਿਵਲੀ ਪਰਮੀਏਬਲ ਕਹਿ ਦਿੰਦੇ ਹਾਂ। ਸੈੱਲ ਮੈਂਬਰੇਨ ਹਰ ਚੀਜ਼ ਨੂੰ ਅਲਾਓ ਨਹੀਂ ਕਰਦੀ, ਕੁਛ ਸਿਲੈਕਟਿਵ ਚੀਜ਼ਾਂ ਨੂੰ ਹੀ ਅਲਾਓ ਕਰਦੀ ਹੈ। ਠੀਕ ਹੈ, ਅਗਲਾ ਸੈੱਲ ਵਾਲ ਆ ਗਿਆ। ਸੈੱਲ ਵਾਲ ਆਪਾਂ ਕਿੱਥੇ ਦੇਖਿਆ ਸੀਗਾ? ਪਲਾਂਟ ਸੈੱਲਸ 'ਚ ਹੁੰਦਾ ਹੈਗਾ। ਠੀਕ ਹੈ, ਫਿਰ ਸੈੱਲ ਡੀ ਐੱਨ ਏ ਆ ਗਿਆ। ਡੀ ਐੱਨ ਏ ਆਲਰੇਡੀ ਗੱਲ ਕਰ ਲਈ, ਆਪਣਾ ਜੈਨੇਟਿਕ ਮਟੀਰੀਅਲ ਹੈ, ਅਤੇ ਰਾਈਬੋਸੋਮਸ ਦਾ ਕੀ ਕੰਮ ਸੀਗਾ? ਪ੍ਰੋਟੀਨਸ ਬਣਾਉਣਾ। ਠੀਕ ਹੈ, ਅਗਲਾ ਕੁਐਸਚਨ ਕਰਦੇ ਹੈਗੇ, ਮੂਵਮੈਂਟ ਆਫ ਵਾਟਰ ਅਗੇਂਸਟ ਦਾ ਕੰਸਨਟ੍ਰੇਸ਼ਨ ਗ੍ਰੇਡੀਅੰਟ ਅਕ੍ਰੋਸ ਦਾ ਸੈੱਲ ਮੈਂਬਰੇਨ ਇਜ਼ ਕਾਲਡ। ਤਾਂ ਪਹਿਲਾਂ ਤਾਂ ਕੁਐਸਚਨ ਦਾ ਮਤਲਬ ਦੇਖ ਲੈਂਦੇ ਆਪਾਂ ਕੀ ਬਣਦਾ ਹੈ। ਕੁਐਸਚਨ ਦਾ ਕੀ ਹੈ ਪਹਿਲਾਂ ਥੋੜ੍ਹਾ ਆਪਾਂ ਦੇਖ ਲੈਂਦੇ, ਜਦੋਂ ਵੀ ਕਿਸੇ ਚੀਜ਼ ਨੇ ਮੂਵ ਕਰਨਾ ਹੈ, ਠੀਕ ਹੈ, ਸਪੋਜ਼ ਕੋਈ ਗੈਸ ਆ, ਹੁਣ ਜੇ ਆਪਾਂ ਆਪਦੀ ਗੱਲ ਕਰੀਏ, ਆਪਦੇ ਰੈਸਪੀਰੇਟਰੀ ਸਿਸਟਮ ਦੀ ਗੱਲ ਕਰੀਏ, ਠੀਕ ਹੈ, ਰੈਸਪੀਰੇਟਰੀ ਸਿਸਟਮ ਮਤਲਬ ਆਪਾਂ ਸਾਹ ਲੈਂਦੇ ਹੈਗੇ, ਤਾਂ ਸਾਹ ਲੈਂਦੇ ਹੈਗੇ, ਸਭ ਤੋਂ ਪਹਿਲਾਂ ਜਿਹੜੀ ਹਵਾ ਹੈ, ਏਅਰ ਹੈ, ਉਹ ਆਪਣੇ ਨੋਜ਼ ਦੇ ਰਾਹੀਂ, ਨੱਕ ਦੇ ਰਾਹੀਂ ਕੀ ਹੈ, ਅੰਦਰ ਜਾਂਦੀ ਹੈ, ਲੰਗਸ ਦੇ ਵਿੱਚ ਜਾਂਦੀ ਹੈ। ਤਾਂ ਲੰਗਸ ਦੇ ਵਿੱਚ ਜਦੋਂ ਇਹ ਜਾਂਦੀ ਹੈ, ਤਾਂ ਲੰਗਸ ਦੇ ਵਿੱਚ ਕੀ ਹੁੰਦਾ ਹੈਗਾ ਕਿ ਸਪੋਜ਼ ਮੈਂ ਆਹ ਇੱਕ ਲੰਗਸ ਦੀ ਡਾਇਗਰਾਮ ਬਣਾਈ ਹੈ, ਤਾਂ ਇਹਦੇ ਵਿੱਚ ਕੀ ਹੈਗਾ ਕਿ ਅੰਦਰ ਆਪਾਂ ਬਾਹਰੋਂ ਕਿਹੜੀ ਗੈਸ ਅੰਦਰ ਲੈ ਕੇ ਜਾ ਰਹੇ ਹੈਗੇ? ਆਕਸੀਜਨ ਨੂੰ ਆਪਾਂ ਅੰਦਰ ਲੈ ਰਹੇ ਹੈਗੇ, ਅਤੇ ਅੰਦਰ ਜਿੰਨੇ ਵੀ ਆਪਣੇ ਬੋਡੀ 'ਚ ਪ੍ਰੋਸੈਸ ਚੱਲ ਰਹੇ, ਉਹਦੇ ਵਿੱਚ ਕਿਹੜੀ ਗੈਸ ਬਣ ਰਹੀ ਹੈਗੀ ਆ? ਮੇਨਲੀ ਕਾਰਬਨ ਡਾਈਆਕਸਾਈਡ ਬਣ ਰਹੀ ਹੈ। ਠੀਕ ਹੈ, ਤਾਂ ਇਹਨਾਂ ਦੋਨਾਂ ਦਾ ਕੀ ਹੋਣਾ ਹੈਗਾ? ਐਕਸਚੇਂਜ ਹੁੰਦਾ ਲੰਗਸ ਦੇ ਵਿੱਚ, ਆਕਸੀਜਨ ਅੰਦਰ ਆ ਜਾਂਦੀ ਹੈ, ਜਿਹੜੀ ਵੇਸਟ ਗੈਸ ਹੈ CO2 ਉਹ ਬਾਹਰ ਚਲੀ ਜਾਂਦੀ ਆ। ਹੁਣ ਕੀ ਹੁੰਦਾ, ਆਪਣੇ ਜਿਹੜੇ ਆ ਸੈੱਲਸ ਨੇ ਜਾਂ ਫਿਰ ਜਿਹੜਾ ਵੀ ਪਾਰਟ ਹੈ ਲੰਗਸ ਦਾ, ਉੱਥੇ ਆਕਸੀਜਨ ਜਿਹੜੀ ਹੈਗੀ ਆ ਘੱਟ, ਠੀਕ ਹੈ, ਪਰ ਬਾਹਰੋਂ ਆਕਸੀਜਨ ਕੀ ਹੋ ਰਹੀ ਹੈਗੀ? ਜ਼ਿਆਦਾ ਹੋ ਰਹੀ ਹੈ। ਤਾਂ ਜਿਹੜਾ ਇਹ ਇੱਕ ਟ੍ਰਾਂਸਪੋਰਟ ਹੁੰਦਾ ਹੈ, ਕਿਵੇਂ ਹੁੰਦਾ ਹੈ? ਹਾਇਰ ਕੰਸਨਟ੍ਰੇਸ਼ਨ ਤੋਂ ਲੋਅਰ ਕੰਸਨਟ੍ਰੇਸ਼ਨ ਵੱਲ ਹੁੰਦਾ ਹੈਗਾ, ਹਾਇਰ ਟੂ ਲੋਅਰ ਕੰਸਨਟ੍ਰੇਸ਼ਨ ਹੁੰਦਾ ਹੈਗਾ। ਤਾਂ ਇਸ ਪ੍ਰੋਸੈਸ ਨੂੰ ਆਪਾਂ, ਜਿਹੜਾ ਇਹ ਤਰੀਕਾ ਹੈ ਇੱਕ ਗੈਸਿਸ ਐਕਸਚੇਂਜ ਹੋਣ ਦਾ, ਇਹਨੂੰ ਆਪਾਂ ਕੀ ਕਹਿ ਦਿੰਦੇ ਹੈਗੇ? ਡਿਫਿਊਜ਼ਨ ਕਹਿ ਦਿੰਦੇ ਹਾਂ। ਠੀਕ ਹੈ, ਕਿ ਡਿਫਿਊਜ਼ਨ ਦੇ ਵਿੱਚ ਕੀ ਹੁੰਦਾ ਹੈਗਾ? ਹਮੇਸ਼ਾ ਗੈਸਿਸ ਐਕਸਚੇਂਜ ਹੋਣਗੀਆਂ। ਗੈਸਿਸ ਕਿਵੇਂ ਐਕਸਚੇਂਜ ਹੋਣਗੀਆਂ? ਜਿਹੜੀ ਜਗ੍ਹਾ 'ਤੇ ਜ਼ਿਆਦਾ ਗੈਸ ਹੈ, ਉਹ ਲੋਅ ਘੱਟ ਕੰਸਨਟ੍ਰੇਸ਼ਨ ਵਾਲੀ ਸਾਈਡ ਜੋ ਹੈ ਮੂਵ ਹੋ ਜਾਂਦੀ ਹੈ। ਹਰ ਚੀਜ਼ ਇਹ ਜਨਰਲੀ ਐਂ ਹੁੰਦੀ ਹੈਗੀ, ਜਿਹੜੀ ਜਗ੍ਹਾ 'ਤੇ ਜ਼ਿਆਦਾ ਕੰਸਨਟ੍ਰੇਸ਼ਨ ਹੈ ਹਾਇਰ ਤੋਂ ਹਮੇਸ਼ਾ ਲੋਅ ਵਾਲੀ ਸਾਈਡ ਜਾਂਦਾ ਹੈ। ਠੀਕ ਹੈ, ਤਾਂ ਇਹ ਤਾਂ ਹੋ ਗਿਆ, ਆਪਾਂ ਸਮਝ ਲਿਆ ਵੀ ਹਰੇਕ ਜੋ ਹੈ ਮੂਵਮੈਂਟ ਹਾਇਰ ਤੋਂ ਲੋਅ ਵਾਲੀ ਸਾਈਡ ਹੁੰਦੀ ਹੈਗੀ। ਪਰ ਇਹਨਾਂ ਨੇ ਕੀ ਪੁੱਛਿਆ ਹੈ? ਅਗੇਂਸਟ ਦਾ ਕੰਸਨਟ੍ਰੇਸ਼ਨ ਗ੍ਰੇਡੀਅੰਟ। ਇਸ ਚੀਜ਼ ਨੂੰ ਆਪਾਂ ਕੀ ਕਹਿ ਦਿੰਦੇ ਹਾਂ? ਜਿਹੜੀ ਹਾਇਰ ਤੋਂ ਲੋਅ ਹੋ ਰਹੀ ਹੈ, ਕੰਸਨਟ੍ਰੇਸ਼ਨ ਇੱਕ ਗ੍ਰੇਡੀਅੰਟ ਬਣਿਆ ਹੋਇਆ, ਇੱਕ ਗੈਪ ਬਣਿਆ ਹੋਇਆ,
एक पासे हाई है एक पासे लो है, ठीक है। पर इन्होंने कहा अगेंस्ट, अगेंस्ट का मतलब कि लो तो लैके हाई वाल जिहड़ी एक जा रही है मूवमेंट, इनू आपां जो है सैल मैंब्रेन दे विच की कहने हैगे, तो जिहड़ा एक तरीका है इनू आपां कहने हैगे एक्टिव ट्रांसपोर्ट, ठीक है। हुण जे डिफ्यूजन की आपां गल करिए, डिफ्यूजन तो सिंपल हो गया, इसका कोई बाली एनर्जी वेस्ट नहीं हो रही हैगी अपनी, हाई तो लो सिंपल एक जो है गैसेज एक्सचेंज हो रही ने। पर जो आप ओपोजिट साइड जाना है, लो तो हाई जाना ओपोजिट, जी नैचुरली चीज़ होंगी है वह नहीं आप कर रहे, आप अलग तरीके तो कर रहे, ओपोजिट कर रहे हैं, तो उस एनर्जी मेनली अपनी यूज होगी, ज़्यादा एनर्जी लगेगी अपनी ये कंपैरिजन दे विच, ता उस तरीके आप कह दें एक्टिव ट्रांसपोर्ट कह दें, तो एनर्जी की है, एनर्जी इज यूज मोर, ठीक है। तो जिहड़े तरीके दे विच जिहड़े ट्रांसपोर्ट दे विच एनर्जी नहीं लगती है, बहुत घट लगती है, उन्होंने आप कहने के पैसिव ट्रांसपोर्ट कहने, ठीक है। तो मेनली कितने हो रही है, हुणी आपां सैल मैंब्रेन बारे भी देखा सीगा कि कीड़ी मैंब्रेन है, सिलेक्टिवली परमीएबल मैंब्रेन है, मतलब कुछ सिलेक्टेड चीज़ा ही अंदर बाहर आ जा सकदिया ने, तो उहदे विचों कुछ चीज़ा ऐ भी तो हो सकदिया ने भी ओपोजिट लो तो हाई कंसनट्रेशन वाली साइड चलिया जान, तो जिथे ज़्यादा एनर्जी खर्च हुंदी हैगी अगेंस्ट जाती है चीज़, तो उहनूं की कह दिंदे आपां एक्टिव ट्रांसपोर्ट कह दिंदे, ठीक है जी। अगला क्वेश्चन कर देंगे, लास्ट क्वेश्चन अज दा अपना 10th, विच ऑफ द फॉलोइंग इज इनकरेक्ट मैच, गलत मैच दसना अपना केड़ा है। तो सब तो पहला है माइटोकॉन्ड्रिया एरोबिक रेस्पीरेशन, तो हुण आपां माइटोकॉन्ड्रिया बारे की देखा सीगा, इनू आपां पावर हाउस ऑफ द सैल कहने, पावर हाउस क्यों कहने हैं, क्योंकि मेनली एनर्जी बनती है इतने, तो एनर्जी की करंसी की है ATP है, तो जिहड़ा एक तरीका है नॉर्मल जिहड़ा आपां रेस्पीरेशन कर देंगे साह लैने है, तो उहदे विच जिहड़ी एनर्जी बन रही है एयर ऑक्सीजन की हैल्प दे नाल बनती हैगी, इस तरीके नूं आपां की कह दिंदे हैगे एरोबिक रेस्पीरेशन कह दिंदे हैं, ठीक है। हुण इह जिहड़ी रेस्पीरेशन है ये दो तरीके की होंगी हैगी, एक होंगी है एरोबिक तो दूसरी होंगी है अपनी एनारोबिक होंगी है, ठीक है। जो एरो वर्ड है एयर, मतलब एयर च मेनली कि गैस अपने लिए है ऑक्सीजन है, जे आप सह लै रहे हैं जी अपनी रेस्पीरेशन है अंदर जाके हो रही हैगी, खाना टुट रहा एनर्जी बन मिल रही है आपको, तो जे तो वो ऑक्सीजन प्रॉपर मिल रही है तो उन्होंने की कह देंगे एरोबिक रेस्पीरेशन कह देंगे, तो जे ऑक्सीजन की एबसेंस हो जाए, ठीक है, ऑक्सीजन आपको प्रॉपर ना मिले आपू नहीं, ये आप नहीं करते हैं एनारोबिक, कुछ जो है बैक्टीरिया वगैरह करते हैं ये जो है, ठीक है, तो फंजई होगी जिमें वो करते हैं, तो एनारोबिक उन्होंने प्रॉपर ऑक्सीजन नहीं मिलती, बिल्कुल ही एबसेंस होंगी है, तो उन्होंने आप कह दें एनारोबिक कह दें, जी एनर्जी है वह बिना ऑक्सीजन के बनती है, पर अपनी एनर्जी बन रही है ऑक्सीजन के नाल, तो एरोबिक है ये बिल्कुल सही है, ठीक है। दूसरा आ गया लाइजोसोम्स कादे लई रिस्पोंसिबल ने, डाइजेस्टिव एंजाइम्स, तो जिमें माइटोकॉन्ड्रिया नू पावर हाउस ऑफ द सैल कहने हैं, तो लाइजोसोम्स नू आपां की कह दिंदे हैगे सुसाइडल बैग्स ऑफ द सैल। सुसाइडल बैग्स ऑफ द सैल आप क्यों कहने हैं, सुसाइड का मतलब आत्महत्या करनी, तो सैल ने जो तो डिस्ट्रॉय होना है या फिर सैल दे विच जिन्ने भी पार्ट ने जे उन्होंने खत्म करना है आपदे आप दे विच ही सैल खत्म कर लैंदा आपदे आप नू, ओ जड़ा एक पार्ट है जड़ा सैल दे विच कर पाउंदा है उन्हों आपां की कहने हैं लाइजोसोम कहने हैं। हुण आपदे ही सैल की आत्महत्या आप किवें कर लैंदा, क्योंकि इहदे विच बहुत ही ज़्यादा स्ट्रोंग डाइजेस्टिव एंजाइम्स पईआं हुंदीआं ने, ओ सैल नू आपदे विच ही डाइजेस्ट कर लैंदीआं ने, ते इहनू आपां की कह दिंदे ऐसी रीज़न करके सुसाइडल बैग कह दें, ये भी बिल्कुल करेक्ट है। नैक्सट आ जाता है स्मूथ एंडोप्लाजमिक रेटिकुलम, स्मूथ एंडोप्लाजमिक रेटिकुलम SER आप किया, हम दो तरीके दे किते सीगे, एक होंदा है अपना RER तो एक होंदा है SER। जिहड़ा RER है ये कादे लई रिस्पोंसिबल होंदा है प्रोटीनस के लिए, तो ये कादे लई होंदा अपना फैट्स लई, तो फैट्स नूं आपां लिपिड भी कह दें, ये भी बिल्कुल करेक्ट है। लास्ट जिहड़ी ऑप्शन बचती है गोल्गी अपरेटस वाटर एंड एक्सक्रीटरी स्टोरेज, तो हूँ ही आप पिछली स्लाइड भी देखा सीगा एक ऑर्गेनल ही होंदा है वैक्यूल, जिन्हों आप कह दें वैक्यूल का मतलब की होंदा एम्प्टी स्पेस खाली जगह है जिथे कोई भी एक्सट्रा चीज़ होंदी है वो जाके स्टोर हो जाती है, तो उ इन्होंने लिखे जो वाटर है या फिर एक्सक्रीटरी स्टोरेज है, मतलब जिन्ना भी वेस्ट निकलता है या कोई भी एक्सट्रा बची हुई है चीज़ वो खाली जगह वैक्यूल जाके चली जाती है स्टोर हो जाती हैगी, ठीक है। तो ये की है अपने को वैक्यूल है, ठीक है, तो ये वास्ते गोल्गी अपरेटस नहीं होंगे है, तो आंसर जो है अपने ऑप्शन जो है इनकरैक्ट है, ठीक है। पर हुण गोल्गी अपरेटस का देख लें, एक आदे लिए रिस्पोंसिबल होंगे है, जिहड़े गोल्गी अपरेटस है जिनी भी एनर्जी बन रही है अपने सैल दे विच वो एक जगह तो दूसरी जगह ट्रांसपोर्ट होनी है, पैक होनी है, तो जिहड़ा पैकेजिंग का काम है, ट्रांसपोर्ट करन का काम है एक पार्ट तो दूसरे पार्ट तक, वो किहदा काम है गोल्गी अपरेटस का, ठीक है। ये की करता है पैकेजिंग एंड
ट्रांसपोर्टिंग द मटीरियल्स, जिन्ना भी कोई मटीरियल है इधर तो उधर ट्रांसपोर्ट होना है, पैक होना है, डिस्पैच होना है, सब कुछ कौन करता है? गोलगी अपरेटस यानी गोलगी बॉडीज भी कह देंगे। ठीक है जी, तो यह सके अज्ज के अपने 10 MCQs। उम्मीद है कि तुहानू सारयां नू समझ आया होगा। मिलते हैं अगली क्लास के, अगली क्लास भी आप इसे जो टॉपिक सैल में ही अगे थोड़ा जहा कंटिन्यू करा, देखते हैं किन्ने टॉपिक्स के किन्ने MCQs अपना यह टॉपिक कवर हो पाता है। थैंक यू, मिलते हैं अगली क्लास 'च।